ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਬੀਤੇ ਕੱਲ ਜਿਹੜਾ ਕੱਲ ਦਾ ਦਿਨ ਬੀਤਿਆ ਹੈ ਉਹਦੇ ਉੱਤੇ ਜਨਮਾਸ਼ਟਮੀ ਯਾਨੀ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਤੇ ਸ਼੍ਰੀ ਗੁਰੂ ਜੰਬੇਸ਼ਵਰ ਜੀ ਦਾ ਜਨਮ ਦਿਹਾੜਾ ਕੱਲ ਸੀਗਾ ਸਾਡਾ ਮੇਰੇ ਵੱਲੋਂ ਅਦਾਰਾ ਜਸ ਪੰਜਾਬੀ ਵੱਲੋਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈਆਂ ਦੋਨੋਂ ਪ੍ਰਕਾਸ਼ ਪਰਵਾਂ ਤੇ ਦਰਸ਼ਕੋ ਇੱਕ ਜ਼ਰੂਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੈਨੋਜ਼ੇ ਗੁਰੂ ਘਰ ਵਿਖੇ 31 ਰਾਗਾਂ ਦਾ ਕੀਰਤਨ ਦਰਬਾਰ ਸਜਾਇਆ ਜਾ ਰਿਹਾ 3 ਸਪਟੈਂਬਰ ਤੋਂ ਲੈ ਕੇ 5 ਸਪਟੈਂਬਰ ਤੱਕ ਵਿਸ਼ਵ ਪ੍ਰਸਿੱਧ ਜਿਹੜੇ ਆਪਣੇ ਕੀਰਤਨੀ ਜਥੇ ਅਤੇ ਰਾਗੀ ਉੱਥੇ ਪਹੁੰਚ ਰਹੇ ਨੇ ਨਿਮਰਤਾ ਸਹਿਤ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸੈਨੋਜ਼ੇ ਵਿਖੇ ਇਸ 31 ਰਾਗਾਂ ਦੇ ਕੀਰਤਨ ਦਰਬਾਰ ਦੇ ਵਿੱਚ ਸ਼ਮੂਲੀਅਤ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਤਾਂ ਜ਼ਰੂਰੀ ਸੂਚਨਾ ਸੀ ਦਰਸ਼ਕੋ ਮੈਂ ਪੋਜ਼ਿਟਿਵ ਨੋਟ 'ਤੇ ਸ਼ੁਰੂ ਕਰੂੰਗਾ ਬਹੁਤ ਨੈਗੇਟਿਵ ਗੱਲਾਂ ਹੋ ਜਾਂਦੀਆਂ ਜਿਨ੍ਹਾਂ 'ਤੇ ਵੀ ਝਾਤ ਮਾਰਾਂਗੇ ਐਕਚੁਅਲੀ ਆਪਣੇ ਦੋ ਮੁੱਦੇ ਹੀ ਜੇ ਇੱਦਾਂ ਦੇ ਨੇ ਜਿਨ੍ਹਾਂ 'ਤੇ ਥੋੜ੍ਹਾ ਨੈਗੇਟਿਵ ਹੋਇਆ ਪਿਛਲੇ ਦਿਨਾਂ ਦੇ ਵਿੱਚ ਅਤੇ ਗੱਲ ਕਰਨੀ ਬਣਦੀ ਵੀ ਆ ਪਰ ਅੱਜ ਮੈਂ ਤੁਹਾਡੇ ਨਾਲ ਪੋਜ਼ਿਟਿਵ ਨੋਟ 'ਤੇ ਗੱਲ ਸ਼ੁਰੂ ਕਰੂੰਗਾ ਕਿ ਪਿਛਲੇ 24 ਘੰਟਿਆਂ 'ਚ ਪੂਰੇ ਰਾਜਸਥਾਨ ਸਟੇਟ ਦੇ ਵਿੱਚ ਇੱਕ ਵੀ ਡੈਥ ਕਰੋਨਾ ਮਹਾਂਮਾਰੀ ਨਾਲ ਨਹੀਂ ਹੋਈ ਰਾਜਸਥਾਨ ਸਟੇਟ ਦੇ ਵਿੱਚ ਉਸ ਤੋਂ ਬਾਅਦ ਕਰੀਬ ਇੰਡੀਆ ਦੇ ਵਿੱਚ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈਗਾ ਆ ਜਿਨ੍ਹਾਂ ਨੇ ਪਹਿਲੀ ਫਸਟ ਡੋਜ਼ ਲਗਵਾ ਲਈ ਹੈਗੀ ਆ ਔਰ ਰਿਕਾਰਡ ਤੋੜ ਵੈਕਸੀਨੇਸ਼ਨ ਅੱਜ ਪਿਛਲੇ 24 ਘੰਟੇ 'ਚ ਇੰਡੀਆ 'ਚ ਹੋਈ 1 ਕਰੋੜ ਲੋਕਾਂ ਨੇ ਵੈਕਸੀਨੇਸ਼ਨ ਲਗਵਾਈ ਹੈ ਔਰ ਉਸ ਤੋਂ ਬਾਅਦ ਵਧਾਈ ਦਾ ਪਾਤਰ ਹੈ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਦਰਸ਼ਕੋ 18 ਸਾਲ ਤੋਂ ਉੱਪਰ ਸਾਰੇ ਸ਼ਹਿਰ ਵਾਸੀਆਂ ਦਾ ਵੈਕਸੀਨੇਸ਼ਨ ਹੋ ਚੁੱਕਿਆ ਸਾਰੇ ਇਹ ਦੁਨੀਆ ਦਾ ਪਹਿਲਾ ਇਹੋ ਜਿਹਾ ਸ਼ਹਿਰ ਹੈ ਜਿਹਨੇ ਆਪਦੇ ਹਰ ਸ਼ਹਿਰ ਵਾਸੀ ਨੂੰ ਪਿੱਛੇ ਪੈ ਕੇ 18 ਸਾਲ ਤੋਂ ਉੱਪਰ ਅੱਜ ਉਹਨਾਂ ਨੇ ਰੈਕਰਡ ਕਾਇਮ ਕੀਤਾ ਔਰ ਤੁਹਾਨੂੰ ਦੱਸਦਾ ਇੰਦੌਰ ਸ਼ਹਿਰ ਉਹ ਸ਼ਹਿਰ ਹੈ ਜਿਹੜਾ ਬਿਊਟੀਫੁੱਲ ਯਾਨੀ ਕਿ ਗੰਦਗੀ ਨਾ ਸਫਾਈ ਵਾਲਾ ਸ਼ਹਿਰ ਮੱਧ ਪ੍ਰਦੇਸ਼ ਦਾ ਪੂਰੇ ਇੰਡੀਆ 'ਚ ਨੰਬਰ 1 ਪਹਿਲਾਂ ਵੀ ਆਇਆ ਸੀਗਾ ਅਤੇ ਹੋਰ ਪੋਜ਼ਿਟਿਵ ਨੋਟ 'ਤੇ ਦੁਨੀਆ ਦੀ ਸਭ ਤੋਂ ਵੱਡੀ ਉੱਚੇ ਥਾਂ ਵਾਲੀ ਸੜਕ ਵੀ ਅੱਜ ਮੁਕੰਮਲ ਇੰਡੀਆ ਨੇ ਕਰ ਲਈ ਹੈ 18,600 ਫੁੱਟ ਉੱਚੀ ਸੜਕ ਜਿਹੜੀ ਕਿ ਲੱਦਾਖ ਦੇ ਵਿੱਚ ਹੈ ਜਿਹੜੀ ਕਿ ਲੇਹ ਤੋਂ ਚਾਈਨਾ ਬਾਰਡਰ ਨੂੰ ਹੁਣ ਕੋਈ ਤੰਗੀ ਨਹੀਂ ਹੋਊਗੀ ਆਰਮੀ ਵਹੀਕਲ ਨੂੰ ਜਾਂ ਕਿਸੇ ਹੋਰ ਨੂੰ ਜਾਣ ਨੂੰ ਅਤੇ ਉੱਥੋਂ ਹੀ ਪੈਂਗਾਂਗ ਝੀਲ ਜਾਣਾ ਹੋਵੇ ਤਾਂ ਉਹ ਵੀ ਤੰਗੀ ਕੱਟੀ ਗਈ ਹੈ ਔਰ ਇਹ ਦੁਨੀਆ ਦੀ ਸਭ ਤੋਂ ਉੱਚੀ ਸੜਕ 18,600 ਫੁੱਟ ਉੱਚੀ ਥਾਂ ਦੇ ਉੱਤੇ ਸੜਕ ਅੱਜ ਇੰਡੀਆ ਨੇ ਮੁਕੰਮਲ ਕਰ ਰਹੀ ਹੈ ਦਰਸ਼ਕੋ ਹੋਰ ਪੋਜ਼ਿਟਿਵ ਨੋਟ 'ਤੇ ਗੱਲ ਕਰੀਏ ਬੀਤੇ 24 ਘੰਟਿਆਂ ਦੇ ਵਿੱਚ ਇੰਡੀਅਨ ਸੁਪਰੀਮ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ 9 ਨਵੇਂ ਜੱਜਾਂ ਦੀ ਨਿਯੁਕਤੀ ਹੋਈ ਹੈ ਔਰ ਪਹਿਲਾ ਟਾਈਮ ਇੰਡੀਆ ਦੀ ਹਿਸਟਰੀ ਵਿੱਚ ਹੋਇਆ ਕਿ 3 ਸਾਡੀਆਂ ਭੈਣਾਂ ਯਾਨੀ ਕਿ ਲੇਡੀਜ਼ ਜੱਜਾਂ ਨੇ ਇੱਕ ਉਹਨਾਂ 9 ਦੇ ਵਿੱਚੋਂ ਸਹੁੰ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਜਸਟਿਸ ਨਾਗਰਤਨਾ ਅਤੇ ਉਸ ਤੋਂ ਬਾਅਦ ਜਸਟਿਸ ਹੇਮਾ ਕੋਹਲੀ ਅਤੇ ਜਸਟਿਸ ਬੇਲਾ ਤ੍ਰਿਵੇਦੀ ਸ਼ਾਮਲ ਹੈ ਪਰਮਾਤਮਾ ਕਰਦੇ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਹੋਰ ਤਰੀਕਿਆਂ ਪਰਮਾਤਮਾ ਬਖਸ਼ੇ ਅਤੇ ਗੱਲ ਕਰੀਏ ਦਰਸ਼ਕੋ ਆਪਾਂ ਅੱਜ ਦਾ ਮੁੱਦਾ ਹੈ ਹੁਣ ਥੋੜ੍ਹੀ ਜਿਹੀ ਦੁਖਦਾਈ ਘਟਨਾ ਨਾਲ ਜਾਵਾਂਗੇ ਆਪਾਂ ਦੋ ਮੁੱਦੇ ਨੇ ਇੱਕ ਤਾਂ ਕਿਸਾਨ ਮੁੱਦਾ ਜਿਹੜਾ ਚੱਲ ਹੀ ਰਿਹਾ 8-9 ਮਹੀਨਿਆਂ ਤੋਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸਾਲ ਤੋਂ ਉੱਪਰ ਹੋ ਗਿਆ ਉਹਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜਾ ਕਰਨਾਲ ਹਰਿਆਣਾ ਦੇ ਵਿੱਚ ਵਾਪਰ ਰਿਹਾ ਜੋ ਵਾਪਰ ਗਿਆ ਉਹਨੂੰ ਰਿਵਰਸ ਨਹੀਂ ਕਰ ਸਕੇ ਪਰ ਬੜੀ ਹੀ ਦੁੱਖ ਦੀ ਗੱਲ ਹੈ ਜਿਹੜੀ ਗੌਰਮੈਂਟ ਨੇ ਪ੍ਰਸ਼ਾਸਨ ਨੇ ਬਰੁਟੈਲਿਟੀ ਦਿਖਾਈ ਕਿ ਇੱਕ SDM ਰੈਂਕ ਦਾ ਬੰਦਾ ਇਹ ਕਹਿ ਰਿਹਾ ਕਿ ਤੁਸੀਂ ਸਿਰ ਫੋੜ ਦਿਓ ਜੇ ਕਿਸਾਨ ਇੱਧਰ ਆਏ ਤਾਂ ਯੇ ਤਵੋ ਮੇਰਾ ਖਿਆਲ ਨਹੀਂ ਕਿ ਉਹ ਸਾਰਥਕ ਮੰਨਿਆ ਜਾਊਗਾ ਔਰ ਉਹਦੇ ਵਿੱਚ ਉਸ ਕਿਸਾਨ ਇੱਕ ਕਿਸਾਨ ਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਸੀ ਹੌਂਸਲੇ ਨਾਲ ਉਹ ਖੜ੍ਹਾ ਹੋਇਆ ਸੀ ਫਿਰ ਵੀ ਉਹ ਦਮ ਤੋੜ ਗਿਆ ਇੱਕ ਜਾਨ ਚਲੀ ਗਈ ਬਾਕੀ ਹੱਲੇ ਹੋਸਪਿਟਲਸ ਨੇ ਜਿਹੜਾ ਕਿ 5-6 ਵਾਰ ਪੁਲਿਸ ਨੇ ਦਮ ਲੈ ਕੇ ਆਪਦਾ ਜਿਹੜੀ ਸਖਤੀ ਵਰਤੀ ਉਹ ਨਹੀਂ ਵਰਤੀ ਜਾਣੀ ਚਾਹੀਦੀ ਸੀ ਐਟ ਦ ਸੇਮ ਟਾਈਮ ਆਪਾਂ ਨੂੰ ਸੋਚਣ ਦੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਪ੍ਰਤੀਨਿਧਤਾ ਚੰਗੀ ਤਰ੍ਹਾਂ ਕਰ ਲੈਣ ਕਿ ਜੇ ਬੈਰੀਕੇਟਿੰਗਸ ਲੱਗੀ ਹੈ ਤਾਂ ਦੂਰ ਲੈ ਕੇ ਆਪਦਾ ਵਿਰੋਧ ਕਾਲੇ ਝੰਡਿਆਂ ਨਾਲ ਵੀ ਆਪਦਾ ਵਿਰੋਧ ਦਰਜ ਕਰਵਾਇਆ ਜਾ ਸਕਦਾ ਹੈ ਪਰ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਪ੍ਰੋਟੈਸਟ ਤਾਂ ਚੱਲ ਹੀ ਰਿਹਾ ਆ ਸ਼ਾਂਤਮਈ ਤਰੀਕੇ ਨਾਲ ਬਜਾਏ ਕਿ ਇਹ ਵਾਰ ਵਾਰ ਸੜਕਾਂ ਜਾਮ ਕਰਨ ਦੇ ਆਪਾਂ ਕਿਸੇ ਸਲਿਊਸ਼ਨ ਵੱਲ ਜਾਈਏ ਜੇ ਸਰਕਾਰ ਕੋਈ ਆਫਰ ਦਿੰਦੀ ਹੈ ਕਿ ਛੋਟੀ ਕਮੇਟੀ ਬਣਾ ਲਓ ਗੱਲ ਕਰ ਲਓ ਕਰ ਲੈਣੀ ਚਾਹੀਦੀ ਹੈ ਮੇਰਾ ਹੈਗਾ ਕਿ ਕਰ ਲਓ ਇੱਕ ਵਾਰੀ ਜੇ ਨਹੀਂ ਚੰਗੀ ਲੱਗੀ ਅੱਗੇ ਵੀ ਤਾਂ ਉੱਠ ਕੇ ਆਉਣਾ ਹੀ ਹੈ ਆਪਾਂ ਉੱਠ ਕੇ ਆ ਜਾਓ ਅਗੇਨ ਸਲਿਊਸ਼ਨ ਵੱਲ ਵਧਣਾ ਚਾਹੀਦਾ ਕਿਉਂਕਿ ਜਿਹੜਾ ਸਿੱਧਾ ਜਿਹੜਾ ਟਕਰਾਵ ਹੈ ਤੋਂ ਬਚਣਾ ਚਾਹੀਦਾ ਕਿਉਂਕਿ ਇੱਕ ਜਣੇ ਦੀ ਮੌਤ ਹੋ ਗਈ ਇਹੋ ਜਿਹੇ ਜੇ ਭਾਣੇ ਹੋਰ ਵਾਪਰਨ ਲੱਗੇ ਤਾਂ
बहुत वड्डा मंदभागी कोई घटना होर ना वापर जाए, यह बड़ा खदशा बनया होया। उस तो बाद दर्शक बहुत ही बुरा उस वह भी अज का मुद्दा जिदा किसान वाला आप गल करांगे। होर मेन मुद्दा यह है कि रोड एक्सीडेंट्स अज राजस्थान दे नागौर सिटी तो एक जीप जिहड़ी कि फुल भरी हुई सी वो एक नागौर सिटी तो नोखाल जा रही सी ते वह एक टैंकर ट्राले नाल टकरा गई। दर्शकों 12 बंदियां दी डैथ एट द स्पॉट हो गई, 6 लेडीज़ ते 6 पुरुष। परमात्मा अगे अरदास करते दिवंगत आत्मावां नूं अपने चरणों में वासा दे, पर अरदास यह भी करांगे कि इहो जिहियां मंदभागियां घटना ना वापरन। ये बहुत दो तीन फैमिलियां जिहड़ियां उज्जैन मध्य प्रदेश चों आईआं सी रामदेवरा मत्था टेक के वापस किते होर जा रही होणियां, नागौर तो नोखा रोड ते जिथे श्री बाला जी जगह आउंदी उत्थे उह टकरा गए। ਆਪਾਂ ਇਸ ਗੱਲ 'ਤੇ ਤਸੱਲੀ ਕਰ ਲੈਂਦੇ ਕਿ ਸ਼ਾਇਦ ਉਹਨਾਂ ਦੀ ਲਿਖੀ ਇੱਦਾਂ ਸੀ, ਪਰ ਕਿਤੇ ਨਾ ਕਿਤੇ ਗੌਰਮੈਂਟ ਸਰਕਾਰਾਂ ਵੱਲੋਂ ਘਾਟ ਰਹਿ ਜਾਂਦੀ ਹੈ ਸੜਕਾਂ ਨਾ ਬਣਨੀਆਂ, ਉਹਦੇ ਉੱਤੇ ਆਵਾਰਾ ਪਸ਼ੂਆਂ ਦਾ ਆਉਣਾ, ਉੱਤੇ ਵੀ ਆਪਾਂ ਗੱਲ ਕਰਾਂਗੇ ਆਵਾਰਾ ਪਸ਼ੂਆਂ ਦੇ, ਪਰ ਕਿਤੇ ਨਾ ਕਿਤੇ ਅਣਗਹਿਲੀਆਂ ਆਪਣੇ ਤੋਂ ਵੀ ਰਹਿ ਜਾਂਦੀਆਂ। ਅੱਜ ਬਹੁਤ ਮੰਦਭਾਗੀ ਘਟਨਾ ਹੈ ਜਿਹੜੀ ਵਾਪਰੀ ਹੈ, ਕੋਈ ਅਣਗਹਿਲੀ ਆਪਣੇ ਆਪਾਂ ਦੇਖਿਆ ਹੋਊਗਾ। NRI ਆਪਾਂ ਇੱਥੇ ਆ ਕੇ ਕਿੰਨਾ ਔਖਾ ਲਾਇਸੈਂਸ ਲੈਂਦੇ ਹਾਂ, ਫਿਰ ਆਪਾਂ ਹਰ ਰੂਲ ਫੋਲੋ ਕਰਦੇ ਹਾਂ, ਰਿਟਨ ਪਾਸ ਕਰਦੇ ਹਾਂ, ਉਦੋਂ ਬਾਅਦ ਫਿਰ ਦੂਸਰਾ ਪਾਸ ਕਰਦੇ ਹਾਂ, ਅਤੇ ਫਿਰ ਆਪਾਂ ਸਾਰੇ ਰੂਲ ਫੋਲੋ ਕਰਕੇ ਚੱਲਦੇ ਹਾਂ ਅਤੇ ਐਕਸੀਡੈਂਟ ਦੀ ਜਿਹੜੀ ਦਰ ਹੈ ਉਹ ਘਟੀ ਰਹਿੰਦੀ ਹੈ। ਪਰ ਇੰਡੀਆ ਜਾ ਕੇ ਆਪਣੀ ਮੈਂਟੈਲਿਟੀ ਵੀ ਚੇਂਜ ਹੋ ਜਾਂਦੀ ਹੈ, ਕਿਤੇ ਨਾ ਕਿਤੇ ਘਾਟ ਸਾਨੂੰ ਆਪਦੇ ਉੱਪਰ ਦੇਖਣੀ ਪਊਗੀ ਅਤੇ ਉਹਨੂੰ ਸੁਧਾਰਨਾ ਪਊਗਾ, ਨਹੀਂ ਤਾਂ ਇੱਦਾਂ ਦਾ ਜੋ ਮੰਦਭਾਗੀ ਘਟਨਾ ਹੈਗੀਆਂ ਆ ਉਹ ਵਾਪਰਦੀਆਂ ਰਹਿਣਗੀਆਂ। ਰਹੀ ਗੱਲ ਆਵਾਰਾ ਪਸ਼ੂਆਂ ਦੀ, ਦਰਸ਼ਕੋ ਕਿਸ ਦਿਨ ਪੂਰਾ ਸੈਸ਼ਨ ਲਾਊਂਗਾ ਮੈਂ, ਬਹੁਤ ਇਹ ਦੇਖਿਆ ਕਿ ਆਵਾਰਾ ਜਿਹੜੀਆਂ ਗਊ ਹੈ ਜਾਂ ਬੈਲ ਨੇ ਆਪਾਂ ਉਹਨਾਂ ਨੂੰ ਯੂਜ਼ ਕਰ ਲੈਂਦੇ ਹਾਂ, ਉਹਨਾਂ ਦਾ ਦੁੱਧ ਪੀ ਲੈਂਦੇ, ਬੈਲ ਨੂੰ ਚੰਗੀ ਤਰ੍ਹਾਂ ਆਪਾਂ ਯੂਜ਼ ਕਰ ਲਿਆ ਆਪਦੀ ਵਾਹੀ 'ਚ, ਜਦੋਂ ਬਜ਼ੁਰਗ ਹੋ ਗਏ ਉਹਨਾਂ ਨੂੰ ਖੁੱਲ੍ਹਾ ਛੱਡਤਾ। ਮੇਰਾ ਖਿਆਲ ਨਹੀਂ ਕਿ ਇੱਕ ਥੋੜ੍ਹਾ ਬਹੁਤ ਪੱਠਿਆਂ ਦੀ ਪੰਡ ਦਾ ਕੋਈ ਏਡੇ ਪਹਾੜ ਡਿੱਗ ਚੱਲਿਆ ਆਇਆ, ਪਰ ਉਹ ਜਦੋਂ ਫਿਰ ਰੋਡਸ 'ਤੇ ਆਉਂਦੀਆਂ ਨੇ ਰੋਡ ਐਕਸੀਡੈਂਟ ਦਾ ਕਾਜ਼ ਵੀ ਬਣਦੀਆਂ ਨੇ, ਕਿਤੇ ਨਾ ਕਿਤੇ ਆਪਾਂ ਨੂੰ ਵੀ ਝਾਤ ਮਾਰਨੀ ਪਊਗੀ, ਬਜਾਏ ਕਿ ਆਪਾਂ ਸਰਕਾਰਾਂ ਦੇ ਉਂਗਲੀ ਚੱਕੀ ਜਾਈਏ ਕਿ ਹਾਂ ਗਊਸ਼ਾਲਾਵਾਂ ਨੇ, ਬਹੁਤ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਇਹਨਾਂ 'ਤੇ ਕੰਮ ਕਰ ਰਹੀਆਂ, ਉਹਨਾਂ ਨੂੰ ਗਊਸ਼ਾਲਾ 'ਚ ਲੈ ਕੇ ਜਾਂਦੀਆਂ, ਪੱਠੇ ਪਾਉਂਦੀਆਂ, ਪਰ ਪਾਪੂਲੇਸ਼ਨ ਹੋਰ ਵੱਧਦੀ ਜਾ ਰਹੀ ਹੈ, ਉਹਦੇ ਉੱਤੇ ਵੀ ਗੱਲ ਕਰਾਂਗੇ। ਦਰਸ਼ਕੋ ਇਹਨਾਂ ਸਾਰੀਆਂ ਗੱਲਾਂ 'ਤੇ ਝਾਤ ਪਾਉਣ ਵਾਸਤੇ, ਖਾਸ ਕਰਕੇ ਰੋਡ ਐਕਸੀਡੈਂਟ, ਕਿਸਾਨਾਂ ਵਾਲਾ ਮੁੱਦਾ, ਆਵਾਰਾ ਪਸ਼ੂਆਂ ਵਾਲਾ, ਆਪਣੇ ਨਾਲ ਜੁੜੇ ਹੋਏ ਨੇ ਮੁਅੱਜ਼ਜ਼ ਮਹਿਮਾਨ ਜਲੰਧਰ ਤੋਂ, ਮੇਰੇ ਕਹਿਣ ਤੋਂ ਭਾਵ ਇੰਡੋ ਅਮੈਰੀਕਨ ਫਰੈਂਡਸ ਗਰੁੱਪ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਲੀਡਰ ਪੰਜਾਬ ਰਮਨ ਦੱਤ ਜੀ ਸਾਡੇ ਨਾਲ ਜੁੜੇ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਅੱਗੇ ਆਪਾਂ ਉਹਨਾਂ ਵੱਧਦੇ ਹਾਂ। ਰਮਨ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਅਦਾਰਾ ਇਸ ਪੰਜਾਬੀ 'ਤੇ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਤੁਹਾਡਾ, ਮੇਰੇ NRI ਭਰਾਵਾਂ ਦਾ ਜਿਹਨਾਂ ਨੇ ਮੈਨੂੰ ਹਮੇਸ਼ਾ ਮੌਕਾ ਦਿੰਦੇ ਆਪਣੀ ਗੱਲ ਕਹਿਣ ਦਾ ਔਰ ਤੁਹਾਡੀ ਗੱਲਾਂ ਸੁਣਨ ਦਾ ਸਮਝਣ। ਧੰਨਵਾਦ ਜੀ। ਦੱਤ ਸਾਹਿਬ, ਤੁਸੀਂ ਅੱਜ ਦੇਖਿਆ ਹੋਣਾ ਬਹੁਤ ਮੰਦਭਾਗੀ ਘਟਨਾ ਰਾਜਸਥਾਨ ਦੇ ਨਾਗੌਰ ਕੋਲ ਵਾਪਰੀ ਹੈ, 12 ਬੰਦੇ ਇੱਕੋ ਦਮ ਚਲੇ ਜਾਣੇ, ਕੋਈ ਇੱਕ ਬੰਦਾ ਇੱਦਾਂ ਦੀ ਗੱਲ ਹੋ ਜਾਵੇ ਸਹਾਰਿਆ ਨਹੀਂ ਜਾਂਦਾ ਗਾ, 12 ਬੰਦੇ ਚਲੇ ਜਾਣੇ। ਮੈਂ ਮੰਨਦਾ ਕਿ ਗੌਰਮੈਂਟਸ ਕੋਲੋਂ ਵੀ ਕਮੀਆਂ ਰਹਿੰਦੀਆਂ, ਰੂਲ ਐਂਡ ਰੈਗੂਲੇਸ਼ਨ ਦੇ ਬੋਰਡ ਨਹੀਂ ਲੱਗੇ ਹੁੰਦੇ, ਸਪੀਡ ਬੰਪਸ ਦੀ ਪ੍ਰੋਬਲਮ ਆ ਜਾਂਦੀ ਹੈ। ਮੈਂ ਤੁਹਾਨੂੰ ਦੇਖਿਆ ਇੰਡੀਆ ਦੇ ਵਿੱਚ, ਤੁਸੀਂ ਇਹ ਮੁੱਦਾ ਚੱਕਦੇ ਰਹਿੰਦੇ ਹੋ, ਆਪਾਂ ਵਾਰਾ ਪਸ਼ੂਆਂ 'ਤੇ ਵੀ ਆਉਣਾ, ਕਿਸਾਨਾਂ ਵਾਲੇ 'ਤੇ ਵੀ ਆਉਣਾ। ਮੈਨੂੰ ਇਹ ਦੱਸੋ ਕਿ ਆਪਣੀ ਆਪ ਦੀ ਜ਼ਿੰਮੇਵਾਰੀ, ਨਾਗਰਿਕਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਆਪਾਂ ਕਿਉਂ ਚੇਂਜ ਹੋ ਜਾਂਦੇ, ਜੇ NRI ਜਾਂਦੇ ਉਹ ਚੇਂਜ ਹੋ ਜਾਂਦੇ ਆ, ਜਾਂ ਉੱਥੋਂ ਦੇ ਡਰਾਈਵਰ ਆ। ਮੈਂ ਬਹੁਤ ਵਾਰੀ ਦੇਖਿਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਇਹ ਸਪੀਡ ਵਾਲਾ ਮੀਟਰ ਲੱਗਾ ਹੀ ਕਿਉਂ ਆ, ਇਹ ਲੱਗਾ ਹੀ ਕਿਉਂ, ਹੋਣਾ ਹੀ ਨਹੀਂ ਚਾਹੀਦਾ। ਸੋ ਇਲੈਬੋਰੇਟ ਕਰੋ, ਕਮੀਆਂ ਆਪਣੇ 'ਚ ਕਿੱਥੇ ਰਹਿੰਦੀਆਂ ਨੇ? ਦੇਖੋ, ਇਹ ਸਾਡੀ ਪਰਵਰਿਸ਼ ਦੇ ਵਿੱਚ ਹੀ ਕਮੀ ਆ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਛੋਟੇ ਹੁੰਦੇ ਬਚਪਨ 'ਚ ਪੜ੍ਹਦੇ ਹਾਂ, ਦੇਖੋ ਮੈਂ ਜਿਹੜੀ ਤੁਸੀਂ ਉਹਦੀ ਗੱਲ ਕੀਤੀ, ਮੈਂ ਅਮੈਰੀਕਾ ਦੀ ਗੱਲ ਕੀਤੀ, ਮੈਂ ਵੀ ਅਮੈਰੀਕਾ 'ਚ ਲਾਇਸੈਂਸ ਲਿੱਤਾ ਸੀ ਜਦੋਂ। ਜੀ ਜੀ, ਪਹਿਲਾਂ ਮੈਂ ਸਨ ਤਕਰੀਬਨ ਅਮੈਰੀਕਾ 1999 2000 ਤੋਂ ਲਗਾਤਾਰ ਆ ਰਿਹਾ, ਔਰ ਮੈਂ ਪਹਿਲਾਂ ਇੰਡੀਅਨ ਲਾਇਸੈਂਸ 'ਤੇ ਹੀ ਚਲਾਉਂਦਾ ਸੀ, ਮਤਲਬ ਚੰਡੀਗੜ੍ਹ 'ਤੇ ਵੀ, ਤੁਹਾਨੂੰ ਮੈਂ ਦੱਸਿਆ। ਤਕਰੀਬਨ 2005-06 'ਚ ਜਾ ਕੇ ਮੈਂ ਆਪਣਾ ਲਾਇਸੈਂਸ ਅਮੈਰੀਕਾ ਤੋਂ ਬਣਵਾਇਆ, ਅਤੇ ਉਦੋਂ ਮੈਨੂੰ ਅਕਲ ਆਈ ਜਿਹੜੀ ਕਿ ਉਹ ਤੋਂ ਪਹਿਲਾਂ ਮੈਂ ਗੱਡੀ ਚਲਾ ਰਿਹਾ ਸੀ, ਬਿਲਕੁਲ ਠੀਕ ਚਲਾ ਰਿਹਾ ਸੀ, ਕਿਸੇ ਐਕਸੀਡੈਂਟ ਨਹੀਂ ਹੋਇਆ, ਬਟ ਮੈਨੂੰ ਅਸਲੀ ਅਕਲ ਜਿਹੜੀ ਆਈ ਹੈ ਉਹ ਜਦੋਂ ਮੈਂ ਅਮੈਰੀਕਾ ਜਾ ਕੇ ਉੱਥੇ ਬੁੱਕ ਰੂਲ ਬੁੱਕ ਪੜ੍ਹੀ, ਉਸ ਤੋਂ ਬਾਅਦ ਉਹਦਾ ਟੈਸਟ ਪਾਸ ਕੀਤਾ, ਫਿਰ ਮੈਂ ਟ੍ਰੇਨਿੰਗ ਲਿੱਤੀ ਇੱਕ ਹਫ਼ਤੇ ਦੀ ਡਰਾਈਵਿੰਗ ਲਾਇਸੈਂਸ ਵਾਸਤੇ, ਮੈਨੂੰ ਲਾਇਸੈਂਸ ਮਿਲਿਆ, ਅਤੇ ਮੈਨੂੰ ਅਕਲ ਆਈ ਕਿ ਯਾਰ ਆਹ ਚੀਜ਼ਾਂ ਚਲਾਉਂਦੇ ਤਾਂ ਆਪਾਂ ਸੀਗੇ ਗੱਡੀਆਂ ਹਮੇਸ਼ਾ, ਮਗਰ ਸਾਨੂੰ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਸੀਗੀ, ਭੀੜ ਦੀ ਜਾਂ ਬਾਰਿਸ਼ ਜਦੋਂ ਆਉਂਦੀ ਹੈ ਉਦੋਂ ਗੱਡੀ ਕਿੱਦਾਂ ਚਲਾਉਣੀ, ਪਹਿਲੀ ਬਾਰਿਸ਼ 'ਚ ਗੱਡੀ ਕਿੱਦਾਂ ਚਲਾਉਣੀ ਹੈ, ਸੱਜੇ ਖੱਬੇ ਕਿੱਦਾਂ ਦੇਖਣਾ, ਸਕੂਲ ਦੇ ਕੋਲ ਕਿੱਦਾਂ ਚਲਾਉਣੀ ਹੈ, ਰਿਹਾਇਸ਼ੀ ਏਰੀਆ 'ਚ ਕਿੱਦਾਂ ਚਲਾਉਣੀ ਹੈ, ਸਭ ਗੱਡੀ ਅਗਰ ਉੱਪਰ ਖੜੀ ਤਾਂ ਕਿੱਦਾਂ ਖੜੀ ਕਰਨੀ ਹੈ, ਅਗਰ ਨੀਚੇ ਜਾ ਰਹੀ ਹੈ ਡਾਊਨ ਹਿਲ 'ਚ ਤਾਂ ਕਿੱਦਾਂ ਖੜੇ ਕਰਨੀ ਹੈ, ਭੀੜ ਹਰ ਚੀਜ਼ ਜਿਹੜੀ ਹੈ ਇਹ ਸਾਨੂੰ ਸਮਝ ਤਦ ਹੀ ਆਉਂਦੀ ਜਦ ਤੱਕ ਅਸੀਂ ਉਹਦੀ ਤਿਆਰੀ ਕਰਦੇ ਹਾਂ।
ਜਦੋਂ ਅਸੀਂ ਤਿਆਰੀ ਕਰਦੇ ਹਾਂ ਉਦੋਂ ਗਲਤੀ ਕਰਨ ਦਾ ਸਾਨੂੰ ਵੀ ਸਮਝ ਆਈ, ਅਸੀਂ ਵੀ ਗਲਤੀਆਂ ਕਰਨੀਆਂ ਬਹੁਤ ਘੱਟ ਸਾਡੇ 'ਚ ਘੱਟ ਜਾਂਦੀਆਂ। ਜਦੋਂ ਅਸੀਂ ਸਾਡੇ ਦਿਮਾਗ 'ਚ ਇੱਕ ਵਾਰੀ ਗੱਲ ਆ ਜਾਂਦੀ ਕਿ ਹਾਂ ਵੀ ਹੁਣ ਅਮੈਰੀਕਾ 'ਚ ਜਿੰਨੇ ਵੀ ਸਾਡੇ ਭਰਾ ਰਹਿੰਦੇ ਆ ਇੰਡੀਆ ਤੋਂ ਜਾਂਦੇ ਆ, ਉੱਥੋਂ ਅਗਰ ਟ੍ਰੇਨਿੰਗ ਲੈਂਦੇ ਮੇਰੇ ਖਿਆਲ ਮੋਸਟਲੀ ਉਹ ਪੂਰਾ ਰੂਲ ਨੂੰ ਫੋਲੋ ਕਰਦੇ ਹੋ, ਜੀ ਕਿਉਂਕਿ ਅਗਰ ਨਹੀਂ ਫੋਲੋ ਕਰੋਗੇ ਤਾਂ ਉੱਥੇ ਤੁਹਾਨੂੰ ਟਿਕਟ ਮਿਲੇਗੀ ਵੱਡੀ ਅਤੇ ਸੁਧਰ ਜਾਵਾਂਗਾ। ਸੁਧਰ ਜਾਵਾਂਗਾ। ਹੁਣ ਇੰਡੀਆ 'ਚ ਕੀ ਪ੍ਰੋਬਲਮ ਹੈ? ਦੇਖੋ ਇੰਡੀਆ ਦੇ ਵਿੱਚ ਪਹਿਲੀ ਗੱਲ ਤਾਂ ਲਾਇਸੈਂਸ ਜਿਹੜਾ ਦੇਣਾ ਸਭ ਤੋਂ ਵੱਡੇ ਐਕਸੀਡੈਂਟ ਦਾ ਕਾਰਨ ਜਿਹੜਾ ਹੈਗਾ ਉਹ ਲਾਇਸੈਂਸ ਪ੍ਰਣਾਲੀ ਨੂੰ ਸਹੀ ਕਰਨ ਦੀ ਲੋੜ ਹੈ। ਮੈਂ ਪਿਛਲੇ ਕਾਫੀ ਸਾਲਾਂ ਤੋਂ 10-12 ਸਾਲਾਂ ਤੋਂ ਇਸ ਤੋਂ ਵੀ ਜ਼ਿਆਦਾ ਸਾਲਾਂ ਤੋਂ ਮੈਂ ਲਗਾਤਾਰ ਸਰਕਾਰਾਂ ਨੂੰ ਮੀਡੀਆ ਰਾਹੀਂ ਲੋਕਾਂ ਨੂੰ ਮਿਲ ਕੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣੇ, ਇਸ ਤੋਂ ਪਿਛਲੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲੇ ਔਰ ਕੰਮ ਹੋ ਵੀ ਰਿਹਾ, ਅਸੀਂ ਕੁਛ ਟਰੈਕ ਬਣਾ ਵੀ ਲਏ ਆ, ਡਰਾਈਵਿੰਗ ਟੈਸਟ ਵੀ ਹੋਣ ਲੱਗ ਪਏ ਆ, ਐਸੀ ਗੱਲ ਨਹੀਂ ਹੈ ਕਿ ਨਹੀਂ ਹੋ ਰਹੇ, ਹੋ ਰਹੇ, ਬਹੁਤ ਫਰਕ ਪੈ ਗਿਆ ਅੱਗੇ ਨਾਲੋਂ, ਹੁਣ ਬਲੱਡ ਟੈਸਟ ਵੀ ਹੁੰਦਾ, ਡਰਾਈਵਿੰਗ ਟੈਸਟ ਵੀ ਹੁੰਦੇ, ਸਭ ਕੁਛ ਹੁੰਦਾ, ਬਟ ਸਟਿਲ ਹਲੇ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ, ਹਲੇ ਵੀ ਉੱਦਾਂ ਹੀ ਲਾਇਸੈਂਸ ਬਣਦੇ ਕਈ ਜਗ੍ਹਾ ਤੇ ਬਣ ਰਹੇ ਆ, ਜਿਹੜਾ ਕਿ ਸਾਨੂੰ ਹੌਲੀ ਹੌਲੀ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਛਾ ਕੰਮ ਪੰਜਾਬ ਵੱਲੋਂ ਕੀ ਚੰਗਾ ਕੰਮ ਹੋਇਆ। ਅੱਗੇ ਅਸੀਂ ਹਮੇਸ਼ਾ ਦਿੱਲੀ ਜਾਂ ਚੰਡੀਗੜ੍ਹ ਜਾਂਦੇ ਸੀ ਨਾ, ਜਦੋਂ ਅੰਬਾਲਾ ਕੋਲ ਪਹੁੰਚਦੇ ਸੀ ਨਾ ਅਸੀਂ ਉਦੋਂ ਆਪਣੇ ਡਰਾਈਵਰ ਨੂੰ ਜਾਂ ਅਸੀਂ ਆਪਣੇ ਆਪ ਨੂੰ ਸਮਝਾ ਲੈਂਦੇ ਸੀ ਕਿ 90 ਤੋਂ ਉੱਪਰ ਗੱਡੀ ਨਹੀਂ ਚਲਾਉਣੀ, ਕਿਉਂਕਿ ਹਰਿਆਣੇ ਤੋਂ ਐਂਟਰ ਕਰਦੇ ਦਿੱਲੀ ਤੱਕ 5-6 ਜਗ੍ਹਾ ਸਪੀਡੋਮੀਟਰ ਲੱਗੇ ਹੁੰਦੇ ਤੇ ਚਲਾਨ ਹੋ ਜਾਂਦਾ ਸੀਗਾ, ਅਸੀਂ ਐਨ ਸਹੀ 90 ਤੱਕ ਹੀ ਚਲਾਉਂਦੇ ਸੀਗੇ। ਪੰਜਾਬ ਦੇ ਵਿੱਚ ਜਦੋਂ ਗੱਡੀ 100, 130, 140 ਕੋਈ ਰੋਕਣ ਵਾਲਾ ਕੋਈ ਨਹੀਂ, ਬਟ ਹੁਣ ਪਿਛਲੇ 1-2 ਮਹੀਨਿਆਂ ਤੋਂ ਮੈਂ ਲਗਾਤਾਰ ਦੇਖ ਰਿਹਾ ਜਲੰਧਰ, ਮੈਂ ਹੁਣ ਚੰਡੀਗੜ੍ਹ ਕਿਤੇ ਵੀ ਜਾ ਰਹੇ ਰਸਤੇ ਸਪੀਡ ਗਨ ਲੈ ਕੇ ਖੜੇ, ਤੁਹਾਡੀ ਸਪੀਡ ਚੈਂਜ ਚਲਾਨ ਹੋ ਰਹੇ, ਰੋਕਦੀ ਹੁਣ ਪੁਲਿਸ ਰੋਕਦੀ ਵੀ ਨਹੀਂ, ਸਿੱਧਾ ਚਲਾਨ ਤੁਹਾਡੇ ਘਰ ਪਹੁੰਚ ਰਿਹਾ। ਜਦੋਂ ਏਦਾਂ ਲੋਕਾਂ ਨੂੰ ਚਲਾਨ ਮਿਲਣਗੇ, ਲੋਕਾਂ ਨੂੰ ਫਾਈਨ ਦੇਣਾ ਪਏਗਾ, ਲੋਕੀ ਆਪਣੇ ਘੱਟ ਚਲਾਣਗੇ ਔਰ ਐਕਸੀਡੈਂਟ ਘੱਟ ਹੋਣਗੇ। ਦੇਖੋ ਇੱਕ ਜਿਹੜਾ ਵੱਡਾ ਮੁੱਦਾ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਹਿੰਦੁਸਤਾਨ 'ਚ ਤਕਰੀਬਨ ਰਿਕਾਰਡਿਡ ਐਕਸੀਡੈਂਟ ਜਿਹੜੇ ਆ 12 ਲੱਖ ਦੇ ਕਰੀਬ ਹੁੰਦੇ, 1.2 ਮਿਲੀਅਨ ਐਕਸੀਡੈਂਟ ਹੁੰਦੇ, ਜਿਹਨਾਂ 'ਚੋਂ 2.5 ਤੋਂ 3 ਲੱਖ ਬੰਦਾ ਜਿਹੜਾ ਰਿਕਾਰਡਿਡ ਜਿਹੜਾ ਉਹ ਸੜਕ 'ਤੇ ਮਰ ਜਾਂਦਾ, ਜਿਹੜਾ ਕਿ 3 ਕੁ ਲੱਖ ਬੰਦਾ ਡਿਸੇਬਲ ਹੋ ਜਾਂਦਾ ਔਰ 3-4 ਲੱਖ ਬੰਦਾ ਪਰਮਾਨੈਂਟਲੀ ਡਿਸੇਬਲ ਹੋ ਜਾਂਦਾ, ਜਿਹੜਾ ਕਿ ਮਤਲਬ ਬੈੱਡ ਤੋਂ ਉੱਠ ਹੀ ਨਹੀਂ ਸਕਦਾ। ਇਹ 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 ਬੰਦਿਆਂ ਤੁਸੀਂ ਦੇਖੋ ਕਿ ਹਰ ਸਾਲ ਤੁਹਾਡਾ 1 ਮਿਲੀਅਨ ਪਲੱਸ ਬੰਦਾ ਜਿਹੜਾ ਸੜਕ 'ਤੇ ਐਕਸੀਡੈਂਟ ਹੁੰਦਾ, 2.5 ਲੱਖ ਬੰਦਾ ਤੁਹਾਡਾ ਹਰ ਸਾਲ ਜਿਹੜਾ ਸੜਕ 'ਤੇ ਮਰ ਜਾਂਦਾ। ਇਹ 2.5 ਲੱਖ ਬੰਦਾ ਅਗਰ ਅਸੀਂ ਪੰਜਾਬ 47 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਾਡੇ ਯੁੱਧ ਹੋਏ, ਜਿੰਨੀ ਵੀ ਆਤੰਕਵਾਦੀ ਘਟਨਾ ਹੋਈਆਂ, ਇਹ ਸਾਰਿਆਂ ਨੂੰ ਮਿਲਾ ਲਈਏ ਨਾ ਤਾਂ ਵੀ 2.5 ਲੱਖ ਨਹੀਂ ਬਣਦਾ, ਨਹੀਂ ਬਣਦਾ ਜਿਹੜਾ ਜਿਹੜਾ ਕਿ ਅਸੀਂ ਹਰ ਸਾਲ ਸੜਕ 'ਤੇ ਹੀ ਮਾਰ ਦਿੰਦੇ ਹਾਂ। ਇੱਥੇ ਰਮਨ ਜੀ ਕੌਣ ਉਹਦਾ ਜ਼ਿੰਮੇਵਾਰ? ਸਰਕਾਰ ਤਾਂ ਚਲੋ ਹੈ ਹੀ ਹੈ, ਸਰਕਾਰਾਂ ਹਮੇਸ਼ਾ ਜ਼ਿੰਮੇਵਾਰ, ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ, ਮਗਰ ਸਮਾਜ ਨੂੰ ਵੀ, ਹੁਣ ਪੜ੍ਹੇ ਲਿਖੇ ਸਮਾਜ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਕਿ ਆਪਾਂ ਸਰਕਾਰਾਂ ਕੌਣ, ਆਪਾਂ ਤਾਂ ਸਰਕਾਰਾਂ, ਆਪਾਂ ਗੱਡੀ ਜਿਹੜੀ ਸਪੀਡ ਆਪਾਂ ਚਲਾਉਂਦੇ ਹਾਂ ਜਾਂ ਆਪਾਂ ਗੱਡੀ ਗਲਤ ਚਲਾਉਂਦੇ ਜਦੋਂ ਫੋਲੋ ਨਹੀਂ ਰੂਲ ਕਰਦੇ। ਮੈਂ ਕਈ ਵਾਰੀ ਦੇਖਿਆ ਲੋਕੀ ਚਾਹੁੰਦੇ ਆ ਕੋਈ ਸਟੋਪ ਲੋਕੋ ਦੇਖਦਾ ਹੀ ਨਹੀਂ ਕੋਈ, ਦੇਖੋ ਹੁਣ ਅਮੈਰੀਕਾ ਤੁਸੀਂ ਰਹਿੰਦੇ ਹੋ, ਭਾਵੇਂ ਉੱਥੇ ਕੋਈ ਪੁਲਿਸ ਵਾਲਾ ਹੋਵੇ ਨਾ ਹੋਵੇ, ਜਦੋਂ ਸਟੋਪ ਸਾਈਨ ਆਉਂਦਾ ਭਾਵੇਂ ਕੋਈ ਹੋਵੇ ਨਾ ਹੋਵੇ, ਇੱਕ ਬੰਦਾ ਨਾ ਹੋਵੇ ਭਾਵੇਂ, ਤਾਂ ਵੀ ਗੱਡੀ ਨੂੰ ਬ੍ਰੇਕ ਮਾਰ ਕੇ ਆਪਾਂ ਅੱਗੇ ਲੰਘਦੇ ਹਾਂ। ਜੀ 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 ਇੱਥੇ ਹਲੇ ਪਤਾ ਨਹੀਂ ਲੋਕਾਂ ਨੂੰ ਹਲੇ ਸਮਝ ਆਉਣ ਦੀ ਬਹੁਤ ਜ਼ਰੂਰਤ ਹੈ, ਸਾਡੇ ਇੱਥੇ ਵੀ ਜਲੰਧਰ 'ਚ ਵੀ ਕਿਤੇ ਵੀ ਚਲ ਜਾਓ ਤੁਸੀਂ, ਲੋਕੀ ਸ਼ੂਟ ਦਿੰਦੇ ਕਾਰਾਂ ਦੀ ਜਾਂ ਮੋਟਰਸਾਈਕਲਾਂ ਦੀ, ਉਹ ਦੇਖਦੇ ਨਹੀਂ ਕਿ ਨਾਲ ਦੀ ਗਲੀ 'ਚੋਂ ਵੀ ਕੋਈ ਆ ਸਕਦਾ। ਇਹਦੇ 'ਚ ਇਕੱਲੀ ਸਰਕਾਰ ਤਾਂ ਜ਼ਿੰਮੇਵਾਰ ਹੈ ਹੀ ਹੈ, ਮੈਂ ਤਾਂ ਫਿਰ ਕਹਿੰਦਾ ਸਰਕਾਰਾਂ ਨੂੰ ਸਖ਼ਤ ਹੋਣ ਦੀ ਜ਼ਰੂਰਤ ਹੈ, ਮਗਰ ਇਹਦੇ ਨਾਲ ਨਾਲ ਸਾਨੂੰ ਵੀ ਸਾਰਿਆਂ ਨੂੰ ਜ਼ਰੂਰਤ ਹੈ। ਰਮਨ ਭਾਅ ਜੀ ਬਹੁਤ ਸੋਹਣਾ ਤੁਸੀਂ ਆ ਗੱਲ ਕੀਤੀ ਹੈ ਕਿ ਸਰਕਾਰਾਂ ਤੋਂ ਜ਼ਿੰਮੇਵਾਰੀ ਰਹਿੰਦੀ ਰਹਿੰਦੀ ਹੈ ਕਿਉਂਕਿ ਕਿਤੇ ਨਾ ਕਿਤੇ ਸਿਸਟਮ 'ਚ ਹੈਗੀ। ਆਪਾਂ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਜਿਹੜੀ ਖੁੱਲ੍ਹ ਦਿੱਤੀ ਜਾਂਦੀ ਛੋਟੇ ਬੱਚਿਆਂ ਨੂੰ ਬਹੁਤ ਛੇਤੀ ਇੰਡੀਆ 'ਚ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਰਮਨ ਦੱਤ ਜੀ, ਬਹੁਤ ਸੋਹਣਾ ਐਲੈਬਰੇਟ ਕਰ ਰਹੇ ਹਾਂ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਹੁੰਦਾ ਹਾਂ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਇੱਥੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਕਾਫੀ ਕੁਛ ਖੁੱਲ੍ਹ ਚੁੱਕਿਆ, ਬਿਜ਼ਨਸ ਦੁਬਾਰਾ ਖੁੱਲ੍ਹ ਚੁੱਕੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਬਿਜ਼ਨਸ ਦੇ ਵਿੱਚ ਕੁਛ ਵਾਧਾ ਕਰੀਏ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ, info@justbroadcasting.com ਜਾਂ ਫਿਰ 209-450-3368 'ਤੇ ਕਾਲ ਕਰਿਓ। ਅਗੇਨ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਰਮਨ ਦੱਤ ਜੀ, ਜਿਹੜੇ ਇੰਡੋ ਅਮੈਰੀਕਨ ਗਰੁੱਪਸ ਦੇ ਚੇਅਰਮੈਨ ਨੇ, ਅਤੇ ਬਹੁਤ ਸੋਹਣਾ ਲੈਬਰੇਟਰੀ। ਰਮਨ ਭਾਅ ਜੀ ਤੁਸੀਂ ਗੱਲਾਂ ਬਹੁਤ ਵਧੀਆ ਕੀਤੀਆਂ, ਪਰ ਆਪਾਂ ਉੱਥੇ ਬੈਕ ਜਾਂਦੇ ਹਾਂ। ਇੱਕ ਤਾਂ ਜਿਹੜਾ ਸਿਸਟਮ ਹੈ ਕਿ ਡਰਾਈਵਿੰਗ ਲਾਇਸੈਂਸ ਉੱਥੇ ਅਪਲਾਈ ਕਰਨਾ, ਅਤੇ ਪ੍ਰੋਸੀਜਰ ਬੁੱਕਸ ਦੇ ਵਿੱਚ ਤਾਂ ਬਹੁਤ ਸੋਹਣੇ ਬਣੇ ਹੋਏ ਹੈ,
ਪਰ ਉਹ ਜਿਹੜਾ ਲੈਣ ਦੇਣ ਦਾ ਕੰਮ ਚੱਲਦਾ ਆ ਉਹ ਕਦੋਂ ਤੱਕ ਖਤਮ ਹੋ ਜਾਊਗਾ ਕਿ ਬੰਦੇ ਨੂੰ ਉੱਥੇ ਜਾਣਾ ਹੀ ਨਹੀਂ ਪੈਂਦਾ ਆਰਟੀਓ ਆਫਿਸ 'ਚ? ਬਹੁਤ ਚੰਗੀ ਗੱਲ ਹੈ ਜੇ ਕੋਈ ਆਟੋਮੈਟਿਕ ਹੋ ਜਾਏ, ਪਰ ਅਗੇਨ ਡਰਾਈਵਿੰਗ ਰਿਟਨ ਟੈਸਟ, ਫਿਰ ਇੱਕ ਇੰਸਟਰਕਟਰ ਬਹਿ ਕੇ ਉਹਦਾ ਟੈਸਟ ਲਵੇ ਵਾਕਈ ਕਾਬਿਲ ਹੈਗਾ ਹੈ ਲਾਇਸੈਂਸ ਦੇ ਕਿ ਨਹੀਂ, ਉਹ ਚੀਜ਼ਾਂ 70-80% ਕੱਟ ਦਿੱਤੀਆਂ ਜਾਂਦੀਆਂ ਸਿਰਫ ਲੈਣ ਦੇਣ ਕਰਕੇ ਲਾਇਸੈਂਸ ਲੈ ਕੇ ਬੰਦਾ ਅੱਗੇ ਜਾਂਦਾ, ਤਾਂ ਉਹ ਬੰਦਾ ਐਕਸੀਡੈਂਟ ਨਾ ਕਰੂਗਾ ਤਾਂ ਹੋਰ ਕੀ ਹੋਊਗਾ? ਮੈਨੂੰ ਦੱਸੋ। ਦੇਖੋ ਇਹ ਨਹੀਂ, ਇਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਕਰੈਕਟ ਕਰਨਾ ਚਾਹੁੰਦਾ, ਇਹ ਸਮਾਂ ਬਦਲ ਗਿਆ ਹੁਣ ਕਾਫੀ ਜੀ, ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ, ਹੁਣ ਉਹ ਗੱਲਾਂ ਬਿਲਕੁਲ ਨਹੀਂ ਰਹੀਆਂ ਕਿ ਅਸੀਂ ਸਿਫਾਰਿਸ਼ ਨਾਲ ਜਿੱਦਾਂ ਮਰਜ਼ੀ ਲਾਇਸੈਂਸ ਲੈ ਲਈਏ, ਆਹ ਗੱਲਾਂ ਤਾਂ ਹੁਣ ਹੋ ਗਈਆਂ ਖਤਮ ਜੀ ਜੀ, ਹਾਲੇ ਸਾਡੇ ਸਿਸਟਮ 'ਚ ਕਮੀਆਂ ਹੋ ਸਕਦੀਆਂ, ਬਟ ਹੁਣ ਹਰ ਬੰਦੇ ਨੂੰ ਕੋਈ ਵੱਡੇ ਤੋਂ ਵੱਡਾ ਵੀ ਆਈ ਪੀ ਹੋਵੇ, ਮੰਤਰੀ ਹੋਵੇ, ਤੰਤਰੀ, ਕੁਛ ਵੀ ਵੱਡੇ ਤੋਂ ਵੱਡਾ ਹੋਵੇ, ਉਹਨੂੰ ਉੱਥੇ ਜਾਣਾ ਪੈਣਾ, ਉੱਥੇ ਜਾ ਜਾਣਾ ਪੈਣਾ। ਔਰ ਜਿਹੜਾ ਟੈਸਟ ਵੀ 99.9% ਬੰਦੇ ਜਿੰਨੀ ਮਰਜ਼ੀ ਅਪਰੋਚ ਵਾਲਾ ਹੋਵੇ ਉਹਨੂੰ ਰੋਡ ਟੈਸਟ ਵੀ ਦੇਣਾ ਪੈਣਾ, ਔਰ ਉੱਥੇ ਉਹ ਟੈਸਟ ਵੀ ਲੈਂਦੇ ਆ। ਹੁਣ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ, ਹੁਣ ਜਿਹੜੀਆਂ ਹੁਣ ਤੁਹਾਡਾ ਬਲੱਡ ਟੈਸਟ ਵੀ ਹੁੰਦਾ, ਤੁਹਾਡਾ ਟੈਸਟ ਵੀ ਲੈਂਦੇ ਆ। ਦੇਖੋ ਸਮਾਂ, ਦੇਖੋ ਚੇਂਜ ਹੋਣਾ, ਆਹ ਜਿਹੜੇ ਅੱਜ ਲਾਇਸੈਂਸ ਲੈ ਰਹੇ ਆ ਇਹ ਹੁਣ ਸਟਾਰਟ ਹੋਇਆ ਪਿਛਲੇ 1-2 ਸਾਲਾਂ ਤੋਂ, ਪਹਿਲਾਂ ਵਾਲੀ ਗੱਲ ਨਹੀਂ ਹੈਗੀ। ਪਹਿਲਾਂ ਅਸੀਂ ਕਿਸੇ ਨੂੰ ਵੀ ਕਹਿ ਸਕਦੇ ਸੀ ਕਿ ਆਪਣੀ ਜੋਬ ਲਾਇਸੈਂਸ ਲੈ ਲਓ, ਨਹੀਂ। ਹੁਣ ਈਵਨ ਪੂਰੇ ਇੰਡੀਆ 'ਚ ਸੈਂਟਰਲਾਈਜ਼ ਹੋ ਰਿਹਾ ਲਾਇਸੈਂਸ ਸਿਸਟਮ। ਅਗਰ ਮੈਂ ਕੁਛ ਗਲਤੀ ਕੀਤੀ ਹੈ ਇੱਥੋਂ, ਮੰਨ ਲਓ ਦੂਜੀ ਸਟੇਟ 'ਚ ਗਿਆ, ਤੇ ਹੁਣ ਕੋਈ ਵੀ ਜਗ੍ਹਾ ਤੇ ਇੱਕ ਦੂਜੇ ਨਾਲ ਕਨੈਕਸ਼ਨ ਹੋ ਚੁੱਕਾ ਹੈ, ਅਗਰ ਉਹ ਲਾਇਸੈਂਸ ਜਿਹੜਾ ਬੰਦਾ ਲੈ ਕੇ ਗਿਆ ਜਾਂ ਜਾਲੀ ਕਿਸੇ ਨੇ ਲਾਇਸੈਂਸ ਬਣਾਇਆ, ਹੁਣ ਉਹ ਪਤਾ ਲੱਗ ਜਾਂਦਾ, ਪੁਰਾਣੀਆਂ ਗੱਲਾਂ ਖਤਮ ਹੋ ਰਹੀਆਂ। ਹੁਣ ਇਹ ਸੁਧਾਰ ਆ ਚੁੱਕਾ, ਨਾ ਸਿਰਫ ਪੰਜਾਬ 'ਚ ਆ ਚੁੱਕਾ, ਹੁਣ ਤਕਰੀਬਨ ਪੂਰੇ ਹਿੰਦੁਸਤਾਨ 'ਚ ਇਹਦਾ ਫਰਕ ਪੈ ਗਿਆ। ਅੱਗੇ ਤਾਂ ਬਾਹਰੋਂ ਲਾਇਸੈਂਸ ਮਿਲ ਜਾਂਦੇ ਸੀ, ਹੁਣ ਨਹੀਂ। ਹੁਣ ਆਰਸੀਆਂ, ਗੱਡੀ ਦੀਆਂ, ਈਵਨ ਲਾਇਸੈਂਸ ਜਿਹੜਾ ਹੈਗਾ, ਦੇਖੋ ਇਹ ਜਿਹੜਾ ਅੱਜ ਦੀ ਜਿਹੜੀ ਫੌਜ ਹੈ ਜਿਹੜੀ ਅੱਜ 18 ਸਾਲ ਦੇ ਹੋ ਰਹੇ ਆ, ਇਹਨਾਂ ਇਹ ਸਹੀ ਚਲਾਣਗੇ, ਮੈਂ ਦਾਅਵੇ ਨਾਲ ਕਹਿੰਦਾ ਫਿਰ ਵੀ, ਮਗਰ ਇਹ ਤਦੀ ਉਦੋਂ ਤੱਕ ਸਹੀ ਚਲਾਣਗੇ। ਦੇਖੋ ਆਪਾਂ, ਮੈਂ ਫਿਰ ਦੁਬਾਰਾ ਉਹ ਗੱਲ ਪਿੱਛੇ ਲੈ ਕੇ ਜਾਣਾ ਹੈਗਾ, ਆਪਾਂ ਪੰਜਾਬ ਹਮੇਸ਼ਾ ਹਰ ਗੱਲ 'ਚ ਅੱਗੇ ਰਿਹਾ, ਭਾਵੇਂ ਦੇਸ਼ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਪਈ ਹੈ। ਅੱਜ ਸਾਨੂੰ ਪੰਜਾਬੀ ਜੁੜ ਗਏ ਜੀ, ਅਟਵਾਲ ਭਾਅ ਜੀ ਬਹੁਤ ਬਹੁਤ ਸਵਾਗਤ ਜੀ, ਆਪਣੇ ਨਾਲ ਰਮਨਦਾਸ ਜੀ ਬਣੇ ਹੋਏ ਨੇ, ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਗੁਰਲਾਲ ਜੀ, ਸਤਿ ਸ਼੍ਰੀ ਅਕਾਲ ਦੱਤ ਸਾਹਿਬ, ਬਹੁਤ ਸ਼ੁਕਰੀਆ ਕਿ ਆਲਵੇਜ਼ ਤੁਸੀਂ ਰੋਡ ਸੇਫਟੀ ਵਾਸਤੇ ਇੰਨਾ ਕੰਮ ਕਰਦੇ ਆ ਜੀ। ਰੋਡ ਸੇਫਟੀ ਦੀ ਜੇ ਆਪਾਂ ਗੱਲ ਕਰੀਏ ਜੀ, ਰੋਡ ਸੇਫਟੀ ਦੀ ਆਪਾਂ ਗੱਲ ਕਰੀਏ ਜੀ, 1.5 ਲੱਖ ਦੇ ਕਰੀਬ ਸਾਲ ਦੇ ਵਿੱਚ ਜਿਹੜੇ ਵੀ ਮੌਤਾਂ ਦਰਜ ਹੁੰਦੀਆਂ ਜੀ ਹਿੰਦੁਸਤਾਨ ਦੇ ਵਿੱਚ ਐਕਸੀਡੈਂਟ ਦੇ ਨਾਲ ਜੀ, ਆਪਣੇ ਹਿੰਦੁਸਤਾਨ ਦੀ ਗੱਲ ਕਰੀਏ ਜੀ, 1% ਵਹੀਕਲ ਆਪਣੇ ਹਿੰਦੁਸਤਾਨ ਚ ਚੱਲਦੇ ਆ ਜੀ, ਆਪਣੇ ਜੇ ਗਲੋਬਲੀ ਆਪਾਂ ਗੱਲ ਕਰੀਏ ਤੇ ਫਿਰ ਵੀ ਇੰਨੇ ਜ਼ਿਆਦਾ ਐਕਸੀਡੈਂਟ ਹੁੰਦੇ, 6% ਐਕਸੀਡੈਂਟ ਇਕੱਲੇ ਆਪਣੇ ਇੰਡੀਆ ਦੇ ਵਿੱਚ ਹੁੰਦੇ ਆ। ਤਾਂ ਰਾਜਸਥਾਨ ਦੀ ਆਪਾਂ ਗੱਲ ਕਰੀਏ ਜੇ, ਆਪਾਂ ਜਲੰਧਰੋਂ ਹੁਸ਼ਿਆਰਪੁਰ ਨੂੰ ਜਾਈਏ, ਇੱਕ ਪੁਲ ਬਣਿਆ ਜੀ, ਸੋ ਚੀਜ਼ਾਂ ਇਨਫਰਾਸਟ੍ਰਕਚਰ ਤਾਂ ਬਣਦਾ ਆ, ਬਟ ਉਹਦੇ ਵਾਸਤੇ ਸੇਫਟੀ ਦਾ ਕੋਈ ਧਿਆਨ ਨਹੀਂ ਦਿੰਦਾ ਜੀ। ਜਿੱਥੇ ਕੋਈ ਨਵੀਂ ਪੋਰਟ ਬਣਦੀ ਆ, ਨਵਾਂ ਇਨਫਰਾਸਟ੍ਰਕਚਰ ਬਣਦਾ, ਤੇ ਐਜ਼ ਏ ਨਾਗਰਿਕ ਆਮ ਵਸਨੀਕ ਅਸੀਂ ਕਿਹੜੇ ਅਦਾਰੇ ਨੂੰ ਪੁੱਛ ਸਕਦੇ ਹਾਂ ਜੀ? ਜਿੱਦਾਂ RTI ਹੁੰਦਾ ਆ, ਹਰੇਕ ਨੂੰ ਜਦੋਂ ਵੀ ਕੋਈ ਨਵੀਂ ਸੜਕ ਜਾਂ ਕੋਈ ਵੀ ਚੀਜ਼ ਬਣਦੀ ਆ, ਉਹਨਾਂ ਨੂੰ ਗਾਈਡਲਾਈਨਸ ਹੁੰਦੇ ਆ ਕਿ ਸੇਫਟੀ ਪਹਿਲੋਂ ਪ੍ਰਾਇਓਰਟੀ ਆ ਜੀ, ਤੇ ਉਹਦੇ ਵਾਸਤੇ ਕਿਸ ਹਿਸਾਬ ਨਾਲ ਆਮ ਬੰਦਾ ਜਾਗਰੂਕ ਹੋ ਸਕਦਾ ਤੇ ਕਿਹਨੂੰ ਕੁਐਸਚਨ ਪੁੱਛ ਸਕਦਾ ਕਿ ਸਾਰੀਆਂ ਚੀਜ਼ਾਂ ਤਰਤੀਬ ਬਾਰ ਚੱਲਣ। ਧੰਨਵਾਦ ਜੀ। ਧੰਨਵਾਦ ਅਟਵਾਲ ਸਾਹਿਬ, ਬਹੁਤ ਸੋਹਣਾ ਕੁਐਸਚਨ ਆਨਸਰ ਸੁਣੋ ਹੁਣ ਦੀ, ਧੰਨਵਾਦ ਕਾਲ ਕਰਨ ਦਾ ਜੀ। ਅਟਵਾਲ ਸਾਹਿਬ ਨੇ ਬਹੁਤ ਅੱਛੀ ਗੱਲ ਕੀਤੀ ਹੈ, ਦੇਖੋ ਬਿਲਕੁਲ ਸਹੀ ਕਹਿ ਰਹੇ ਅਟਵਾਲ ਸਾਹਿਬ। ਰਮਨ ਭਾਜੀ, ਇਹ ਆਪਣੇ ਗੁਰਤੇਜ ਅਟਵਾਲ ਹੈ, ਸਿਟੀ ਆਫ ਟ੍ਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ। ਵੰਡਰਫੁਲ, ਹਾਂਜੀ ਹਾਂਜੀ, ਤੇ ਅਸੀਂ ਗੱਲ ਕੀਤੀ ਹੈ, ਬਹੁਤ ਹੀ ਐਜੂਕੇਟਡ ਪਰਸਨ ਹੈਗੇ ਨੇ ਔਰ ਹਮੇਸ਼ਾ ਪੜ੍ਹੇ ਲਿਖੇ ਐਜੂਕੇਟਡ ਇਹਨਾਂ ਦੇ ਕਰਦੇ ਜਿਹੜੇ ਇਨਸਾਨ ਹੈ, ਉਹਨਾਂ ਨਾਲ ਗੱਲ ਕਰਕੇ ਬੜਾ, ਉਹਨਾਂ ਦੇ ਕੁਐਸਚਨ ਸੁਣ ਕੇ ਬੜਾ ਅੱਛਾ ਲੱਗਦਾ ਔਰ ਜਵਾਬ ਦੇਣਾ ਵੀ ਅੱਛਾ ਲੱਗਦਾ ਜੀ। ਦੇਖੋ ਮੈਂ ਫਿਰ ਕਹਿ ਰਿਹਾ ਹੈਗਾ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ RTI ਇੱਕ ਐਸਾ ਹਥਿਆਰ ਬਣ ਚੁੱਕਾ ਪੂਰੇ ਹਿੰਦੁਸਤਾਨ 'ਚ, ਤੁਸੀਂ ਕਿਸੇ ਵੀ ਡਿਪਾਰਟਮੈਂਟ ਨੂੰ ਦੇਖੋ, ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਅੱਜ ਤੁਸੀਂ 1-2 ਲਾਈਨਾਂ ਦੀ ਚਿੱਠੀ ਪਾਓ ਕਿਹੜੇ ਮਰਜ਼ੀ ਡਿਪਾਰਟਮੈਂਟ ਨੂੰ, ਕਿਹੜੇ ਮਰਜ਼ੀ ਡਿਪਾਰਟਮੈਂਟ, ਤੁਹਾਨੂੰ ਹਰ ਹਾਲਤ ਦਾ ਜਵਾਬ ਆਏ। ਪਹਿਲੀ ਗੱਲ, ਬਹੁਤ ਲੋਕ ਜਾਗਰੂਕ ਹੋ ਚੁੱਕੇ, ਬਹੁਤ ਲੋਕਾਂ ਨੂੰ ਹਲੇ ਇਹਦਾ ਨਹੀਂ ਪਤਾ, ਜਿਹੜਾ ਬਹੁਤ ਲੋਕ ਹੈ ਛੋਟੀ ਜਿਹੀ, ਅੱਜ ਦੀ ਡੇਟ 'ਤੇ ਤੁਹਾਨੂੰ ਕੋਈ ਪੁਲਿਸ ਵਾਲਾ ਖੜਾ ਕਰਦਾ ਨਾ, ਡਰਦਾ ਤੁਹਾਡੇ ਤੋਂ, ਉਹਨੂੰ ਡਰ ਲੱਗਦਾ ਪਿਆ ਕਿ ਇਹ ਤੁਹਾਨੂੰ ਕਿਤੇ ਇਹ ਮੇਰੀ ਰਿਕਾਰਡਿੰਗ ਨਾ ਕਰਦਾ ਹੋਵੇ। ਅੱਜ ਦੇਖੋ ਜ਼ਮਾਨਾ, ਦੇਖੋ ਚੇਂਜ ਹੋ ਰਿਹਾ, ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ, ਸਾਨੂੰ ਆਪਣੀ ਨੇਕ ਡਾਈਸ ਦਾ ਨਜ਼ਰ ਨਹੀਂ ਆਉਂਦਾ ਪਿਆ। ਅਗਰ ਕੋਈ ਬੰਦਾ ਬਾਹਰੋਂ ਆ ਕੇ ਦੇਖੇ, ਕੋਈ ਜਿਹੜਾ 2 ਸਾਲ ਬਾਅਦ ਕੋਈ ਆਵੇ, ਉਹਨੂੰ ਪਤਾ ਲੱਗਦਾ ਯਾਰ, ਜਿੱਦਾਂ ਆਪਣਾ ਬੱਚਾ ਛੋਟਾ ਹੁੰਦਾ, ਸਾਨੂੰ ਨੀ ਪਤਾ ਲੱਗਦਾ ਕਦੋਂ 18 ਸਾਲ ਦਾ ਹੋ ਗਿਆ, 20 ਸਾਲ ਦਾ ਹੋ ਗਿਆ। ਜਿਹੜਾ ਕੋਈ ਬਾਹਰੋਂ ਅਗਰ 5 ਸਾਲ ਬਾਅਦ ਦੇਖੇ, ਉਹਨੇ ਕਹਿਣਾ ਯਾਰ ਦੇਰ ਇਜ਼ ਅ ਲੋਟ ਆਫ ਚੇਂਜ, 15 ਸਾਲ ਦਾ ਮੁੰਡਾ ਅਗਰ 20 ਸਾਲ ਦਾ ਹੋ ਜਾਏ, ਬਹੁਤ ਫਰਕ ਪੈ ਜਾਂਦਾ ਉਸ ਚੀਜ਼ ਦੇ। ਇੱਦਾਂ ਹੀ ਇਹ ਵੀ ਚੇਂਜ ਬਹੁਤ ਆ ਰਿਹਾ,
सड़कां बहुत अच्छी बन रही, मैं तो बहुत रोड ट्रैवल करता है, बहुत ज्यादा मेरी मेरा पैशन है, दुनिया च कितने भी होगा रोड ट्रैवलिंग रोड ट्रिप्स मैं खुद लगाना, खुद ड्राइविंग करना मैं पसंद है जी, और भावे दुनिया का कोई भी कोना हो, इंडिया च भी बहुत मैं करना। देखो रोड्स आर वेरी गुड, रोड्स बहुत चेंज हो रही है, हुण तुसीं चंडीगढ़ जाके आओ जंदरो मजाल है, रस्ते च भी कोई प्रॉब्लम आवे नहीं, बिल्कुल ठीक बन रही है। अगे तो अगे दिल्ली तो बॉम्बे सड़क बनी है, तुसीं देखो कि वर्ल्ड क्लास सड़कां दी कमी नहीं है, हुण कमी सिर्फ साडे साडे च कमी है, जिहड़ा समाज है समाज नूं अगे आना पऊगा। ये मुढ़ली शिक्षा जिहड़ी स्कूलां दी हैगी है, ट्रैफिक नूं देखो, ट्रैफिक इह मिसाइल है, मिसाइल की होंदी है, एक असी एक बंदे नूं जिहड़ा बंदा कि कार लैके जांदा है बस चला रहा, वह अगर बस का एक्सीडेंट करता 50 बंदे मार सकता, 100 बंदा मार सकता कल्ला ही। देखो हुण सानूं जरूरत है अगे अगे आने की, अगर कोई बंदा गलत चलांदा उहदी रिपोर्ट करन दी, समा चेंज हो रहा है, समय बहुत जल्दी ट्रांजिशन हो रही है, पुराने लोग भी इत्थे हैगे है, अनपढ़ लोग भी साडे को हैगे है, जिहड़े घटिया ड्राइवर भी हैगे, अच्छे ड्राइवर भी हैगे, हर तरह के है। हुण जिम्मेवारी समाज की, समाज में कौन कौन आता है, समाज च आपां सारे ही आंदे हां, समाज च जिन्हां धार्मिक जथेबंदियां आंदियां, स्कूल आंदे है, कॉलेज आंदे है, जिन्हें भी एनजीओस हैगे वह आंदे है, ईवन पुलिस और सरकार, सरकार कौन, सरकारां उदों ही काम करदियां जदों समाज अगे वधदा। सरकारां नहीं, सरकारां ने लैणियां वोटां, सरकारां ने किसे नूं नाराज नहीं करना, पहली गल, कोई सरकार होवे दुनिया की, भावें अमेरिका होवे भावें इंडिया होवे किते भी चल जाओ तुसीं, सरकारां ने वो काम करना जिन्हें आवाज चकनी है, जद असीं आवाज चकांगे ट्रैफिक दे। देखो मैं ही लगातार तुसीं अखबारां पढ़दे होणे आ, मैं लगातार पिछले 10-12 साल तो जिहड़े बुलेट दे विच लोकी पटाके वजांदे सीगे, ठीक है, ਉਹ ਪਟਾਕੇ ਵਜਾਉਂਦੇ ਸੀ, ਜਿਹੜਾ ਕਿ ਕਿੰਨਾ ਖਤਰਨਾਕ ਹੈਗਾ, ਜਿਹੜਾ ਕਿ ਅਗਰ ਕੋਈ ਬਜ਼ੁਰਗ ਜਾਂਦਾ ਹੋਵੇ, ਕੁੜੀ ਜਾਂਦੀ ਹੋਵੇ, ਕਿਸੇ ਨੂੰ ਹਾਰਟ ਅਟੈਕ ਤੱਕ ਹੋ ਸਕਦਾ, ਠੀਕ ਹੈ, ਉਹ ਬਸ਼ਰਮੀ ਨਾਲ, ਇੰਨੀ ਬਸ਼ਰਮੀ ਨਾਲ ਲੋਕ ਕਈ ਪਟਾਕੇ ਵਜਾਉਂਦੇ ਸੀਗੇ, ਔਰ ਅਸੀਂ ਉਹਦੇ ਮਗਰ ਲੱਗੇ, ਔਰ ਮੈਂ ਦਾਅਵੇ ਨਾਲ ਅੱਜ ਕਹਿ ਸਕਦਾ ਕਿ ਅੱਜ ਜਲੰਧਰ 'ਚ ਤੁਹਾਨੂੰ ਕਦਾ ਕਿਤੇ ਕਿਤੇ ਨਜ਼ਰ ਆ ਜੂ ਕੋਈ ਪਟਾਕੇ ਮਾਰਦਾ, ਪਟਾਕੇ ਮਾਰਨ ਵਾਲਾ ਕੰਮ ਅਸੀਂ ਇੱਥੇ ਬੰਦ ਕਰਤਾ, ਕੋਈ ਵੀ ਪੁਲਿਸ ਕਮਿਸ਼ਨਰ ਆਵੇ ਅਸੀਂ ਉਹਨੂੰ ਪਹਿਲਾਂ ਮਿਲਦੇ ਹਾਂ, ਔਰ ਲੋਕਾਂ ਨੂੰ ਵੀ ਕਹਿੰਦੇ ਹਾਂ ਅਗਰ ਤੁਹਾਨੂੰ ਕੋਈ ਪਟਾਕੇ ਵਜਾਉਣ ਵਾਲਾ ਬੰਦਾ ਨਜ਼ਰ ਆਉਂਦਾ ਮੈਨੂੰ ਦੱਸੋ ਤੁਸੀਂ ਨਹੀਂ ਕਰਨਾ, ਅਸੀਂ ਉਹਦੀ ਕਾਰਵਾਈ ਕਰਾਵਾਂ। ਦੇਖੋ ਇਹ ਪਟਾਕੇ ਪੁਲਿਸ ਤੋਂ ਨਹੀਂ ਵਜਾਉਂਦੀ, ਉਹ ਮੁੰਡੇ ਦੇ ਮਾਂ ਪਿਓ ਭੈਣ ਭਰਾ ਹੈ ਨੀ, ਉਹ ਕਿਉਂ ਨੀ ਰੋਕਦੇ ਉਹਨੂੰ? ਅਗੇਨ ਰਮਨ ਭਾਜੀ ਗੱਲ ਤੁਸੀਂ ਬਹੁਤ ਕਿਹਾ ਕਿ ਸਮਾਜ ਕਿਉਂ ਨੇ, ਆਪਾਂ ਆਪਾਂ ਘਰੋਂ ਸ਼ੁਰੂ ਕਰਦੇ ਹਾਂ। ਮੈਂ ਨਾ ਇੱਕ ਟ੍ਰੈਂਡ ਦੇਖਿਆ ਇੰਡੀਆ ਜਦੋਂ ਵੀ ਜਾਂਦਾ ਹਾਂ, ਬੱਚਾ ਹਲੇ ਬਹੁਤ ਛੋਟਾ ਹੁੰਦਾ ਅਤੇ ਉਹ ਉਹਨੂੰ ਸਕੂਟੀ ਫੜਾ ਦਿੰਦੇ ਤਾਂ ਭਰੇ ਬਾਜ਼ਾਰ ਚ ਲਈ ਫਿਰਦਾ, ਚਾਹੇ ਮੁੰਡਾ ਚਾਹੇ ਕੁੜੀ। ਮੈਂ ਉਹਨਾਂ ਉਹ ਨਹੀਂ ਕਹਿ ਰਿਹਾ ਕਿ ਮੁੰਡੇ ਨੂੰ ਦੋ ਤਾਂ ਕੁੜੀ ਨਾ ਦੋ, ਉਹ ਨਹੀਂ ਗੱਲ, ਪਰ ਏਜ ਕੋਈ ਕੱਦ ਕੋਈ ਏਜ ਕੋਈ ਲਾਇਸੈਂਸ ਪ੍ਰਣਾਲੀ ਕੁਛ ਹੋਵੇ ਉਹਨੂੰ ਸਿਖਾਓ। ਅਤੇ ਬਹੁਤ ਵਾਰੀ ਇਹ ਕਾਰਨ ਬਣਦੇ ਆ ਕਿ ਕੁਛ ਇੱਦਾਂ ਦਾ ਇੱਕੋਦਮ ਭੀੜ ਮੋਰਿਆ ਤਾਂ ਬੱਚਾ ਸਮਝ ਨਹੀਂ ਪਾਉਂਦਾ ਕਿ ਮੈਂ ਕੀ ਕਰਾਂ ਅਤੇ ਉਹ ਐਕਸੀਡੈਂਟ ਹੋ ਜਾਂਦਾ। ਇਹ ਜਿਹੜੀ ਸੋਚਣੀ ਹੈ ਤੁਸੀਂ, ਇਹ ਕਦੋਂ ਤਾਈਂ ਲੋਕਾਂ ਦੀ ਇੰਪਰੂਵ ਕਰ ਰਹੇ ਹੋ? ਇਹ ਜਿਹੜੀ ਸਾਡੀ ਸੋਚਣੀ, ਮੈਨੂੰ ਲੱਗਦਾ ਕਿ ਜਿਹੜਾ ਸਾਡਾ ਨਾ ਪਾਵਰ ਹੰਗਰ ਹੋਣਾ, ਅਸੀਂ ਅਸੀਂ ਕਾਨੂੰਨ ਤੋਂ ਉੱਪਰ ਸਮਝਣਾ ਸਾਡਾ ਸਮਾਜ। ਦੇਖੋ ਅਸੀਂ ਜਦੋਂ ਲੀਡਰਾਂ ਨੂੰ ਬਲੇਮ ਕਰਦੇ ਨਾ, ਲੀਡਰ ਕੌਣ ਹੈ? ਆਪਾਂ ਹੀ ਤਾਂ ਲੀਡਰ ਹੈ, ਰਾਈਟ? ਸਾਡੀ ਸੋਚ ਹੀ ਲੀਡਰ ਹੈ, ਮੈਂ ਸਹੀ ਜਿਹੜੀ ਦੱਸ ਰਿਹਾ ਨਾ, ਜਿਹੜੀ ਸਾਡੀ ਤੁਹਾਡੀ ਮੇਰੀ ਸੋਚ ਹੈ ਨਾ, ਜਿਹੜੀ ਉਹੀ ਲੀਡਰ ਬਣਾਉਂਦੀ ਹੈ। ਸਾਡੀ ਆਮ ਸਮਾਜ ਦੀ ਕਈ ਵਾਰੀ ਲੋੜ ਹੁੰਦੀ, ਲੈ ਫੋਨ ਕਰਾ ਦਾਂਗੇ, ਟੈਲੀਫੋਨ ਕਰਾ ਦਾਂਗੇ, ਸਾਨੂੰ ਕੋਈ ਫੜ ਲੂ ਪਤਾ, ਉਹਨੂੰ ਕਹੋ ਜੀ ਫੋਨ ਤੁਸੀਂ ਕਰਾ ਲਓ, ਠੀਕ ਹੈ, ਜਿਹੜਾ ਜਿਹੜਾ ਬੱਚਾ ਤੁਹਾਡਾ ਜਾ ਰਿਹਾ ਅੰਡਰ ਏਜ ਹੈਗਾ ਹੈ, ਉਹ ਕੱਲ੍ਹ ਨੂੰ ਐਕਸੀਡੈਂਟ ਕਰਕੇ ਅਗਰ ਰੱਬ ਨਾ ਕਰੇ ਉਹਦੇ ਸੱਟ ਲੱਗ ਜਾਏ ਜਾਂ ਦੁਨੀਆ ਤੋਂ ਚਲੇ ਜਾਏ, ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਤੁਸੀਂ ਖੁਦ ਜ਼ਿੰਮੇਵਾਰ ਹੋ ਉਹਦੇ। ਫੋਨ ਤਾਂ ਹੋ ਜਾਊਗਾ, ਕੋਈ ਲੀਡਰ ਫੋਨ ਕਰ ਦਿਓ, ਕੋਈ ਪੁਲਿਸ ਅਫਸਰ ਤੁਹਾਡੇ ਬੱਚੇ ਨੂੰ ਚਲਾਉਣ ਤੋਂ ਤਾਂ ਬਚਾ ਦੂਗਾ, ਹੈਲਮੈਟ ਨਹੀਂ ਪਾਈ ਹੋਊਗੀ ਤੇ ਚਲਾਉਣ ਤੋਂ ਤਾਂ ਬਚਾ ਦੂ, ਜਦੋਂ ਉਹ ਸਿਰ ਤੇ ਡਿੱਗਿਆ ਉਦੋਂ ਕੌਣ ਬਚਾਊ? ਉਦੋਂ ਕੌਣ? ਯਾ ਕਸ ਕਿਸੇ ਚ ਵੱਜਿਆ? ਹਾਂਜੀ ਹਾਂਜੀ, ਉਹ ਆਪ ਸਰ ਨੀਚੇ ਗਿਰ ਸਕਦਾ ਹੈ। ਗੱਲ ਹੈ ਕਿ ਸਾਨੂੰ ਸਮਾਜ, ਦੇਖੋ ਜ਼ਮਾਨਾ ਚੇਂਜ ਹੋ ਰਿਹਾ, ਮੈਂ ਫੇਰ ਕਰਨਾ ਹੈ, ਸਰਕਾਰਾਂ ਨੇ ਨੂੰ ਛੱਡ ਕੇ ਅਸੀਂ ਹੁਣ ਆਪ, ਮੈਂ ਤਾਂ ਬਹੁਤ ਸਕੂਲਾਂ 'ਚ ਵੀ ਜਾ ਰਿਹਾ, ਅੱਜ ਕੱਲ੍ਹ ਸਕੂਲਾਂ 'ਚ ਜਾ ਰਿਹਾ, ਅਖਬਾਰਾਂ ਦੇ ਰਾਹੀਂ ਤੁਹਾਡੇ ਹੁਣ ਪ੍ਰੋਗਰਾਮ ਹੈ, ਇਹ ਵੀ ਜਦੋਂ ਚੱਲੇਗਾ 4 ਲੋਕ ਇਹਨੂੰ ਵੀ ਦੇਖਣਗੇ। ਦੇਖੋ ਇਹਦੇ ਵਿੱਚ ਸਾਨੂੰ ਸੁਧਰਨ ਦੀ ਲੋੜ, ਸਮਾਜ ਨੂੰ, ਇਹ ਸਰਕਾਰਾਂ ਨੂੰ ਆਪਾਂ ਬਲੇਮ ਕਰੀ ਜਾਈਏ ਜੀ, ਸਰਕਾਰਾਂ ਦਾ ਬਲੇਮ, ਮੈਂ ਫੇਰ ਵਾਰ ਵਾਰ ਇੱਕ ਗੱਲ ਵਾਰ ਵਾਰ ਹਮੇਸ਼ਾ ਕਹਿੰਦਾ, ਸਰਕਾਰ ਆਪਣੀ ਕਿਸੇ ਵੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ, ਜੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਤਾਂ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ, ਭਾਵੇਂ ਅਗਰ ਤੁਸੀਂ ਚੰਗੇ ਲਈ ਆਪਣੇ ਇੱਥੇ ਮੈਡਲ ਲਗਾਉਂਦੇ ਹੋ ਨਾ, ਤੇ ਬੁਰੇ ਲਈ ਵੀ ਤਿਆਰ ਰਹੋ, ਕੱਲ੍ਹ ਨੂੰ ਕੋਈ ਐਕਸੀਡੈਂਟ ਹੁੰਦਾ ਜਾਂ ਕੁਛ ਹੁੰਦਾ, ਕਿਸੇ ਦੀ ਜਾਨ ਜਾਂਦੀ, ਉਹਦੇ ਜ਼ਿੰਮੇਵਾਰ ਬਕਾਇਦਾ ਸਰਕਾਰ ਹੈ, ਮੌਜੂਦਾ ਸਰਕਾਰ ਕੋਈ ਵੀ ਹੋ, ਰਾਈਟ ਰਾਈਟ ਰਾਈਟ। ਉਹਦੇ ਨਾਲ ਨਾਲ ਅਸੀਂ ਜਦੋਂ ਗੱਡੀਆਂ ਚਲਾਉਂਦੇ ਹਾਂ, ਮੈਂ ਮੈਨੂੰ ਯਾਦ ਹੈ ਬਹੁਤ ਪੁਰਾਣੀ ਗੱਲ ਹੈ ਕਿ ਮੇਰੀ ਇੱਕ ਵਾਰੀ ਨੀਸ ਮੇਰੇ ਨਾਲ ਬੈਠੀ ਸੀ, ਬਟ ਛੋਟੀ ਸੀ ਉਦੋਂ ਬਹੁਤ ਜ਼ਿਆਦਾ, ਤੇ ਇੰਡੀਆ 'ਚ ਅਸੀਂ ਕਪੂਰਥਲੇ ਤੋਂ ਜਲੰਧਰ ਆ ਰਹੇ ਸੀਗੇ, ਉੱਥੇ ਹਰ ਤਕਰੀਬਨ ਦੂਸਰੀ ਕਾਰ ਜਿਹੜੀ ਸੀ ਤੁਹਾਨੂੰ ਹਾਈ ਬੀਮ ਤੇ ਚਲਾ ਰਹੀ ਸੀ, ਠੀਕ ਹੈ, ਅਮਰੀਕਾ 'ਚ ਤੁਸੀਂ ਰਹਿੰਦੇ ਹੋ, ਤੁਹਾਨੂੰ ਹਾਈ ਬੀਮ ਤੇ ਤੁਸੀਂ ਉੱਥੇ ਦੇਖਿਆ ਹੋਣਾ ਬਹੁਤ ਘੱਟ ਲੋਕ, ਅਗਰ ਕੋਈ ਆ ਜਾਏ ਤਾਂ ਉਸੇ ਲਈ ਹਾਈ ਬੀਮ
ਉਹ ਸਮਝ ਰਹੀ ਸੀ ਸ਼ਾਇਦ ਲੋਕੀ ਉਹ ਜਾਣ ਕੇ ਲਗਾ ਰਹੇ ਨਹੀਂ ਸਾਡੇ ਲੋਕਾਂ ਨੂੰ ਗਿਆਨ ਹੈ ਨਹੀਂ ਉਹਦਾ ਗਿਆਨ ਹੈ ਨਹੀਂ ਸਾਡੇ ਲੋਕ ਨੂੰ ਗਿਆਨ ਨਾ ਹੋਣ ਕਰਕੇ ਹਾਈ ਬੀਮ ਤੇ ਚਲਾਉਂਦੇ ਆ ਔਰ ਉਹ ਹਾਈ ਬੀਮ ਜਿਹੜਾ ਦੂਜੇ ਦੀ ਐਕਸੀਡੈਂਟ ਅੰਨਾ ਹੋ ਜਾਂਦਾ ਬੰਦਾ ਐਕਸੀਡੈਂਟ ਹੋ ਜਾਂਦਾ ਸਾਹਮਣੇ ਵਾਲਾ ਜੀ ਉਹ ਐਕਸੀਡੈਂਟ ਹੋਣ ਦਾ ਕਾਰਨ ਬਣਦਾ ਔਰ ਉਹਦੇ ਵਿੱਚ ਅਨਭੋਲਪੁਣ ਆ ਜਾਂਦਾ ਉਹਦੇ ਵਿੱਚ ਸਰਕਾਰ ਦਾ ਰੋਲ ਬਣਦਾ ਪੁਲਿਸ ਦਾ ਰੋਲ ਬਣਦਾ ਚਲਾਨ ਕਰੇ ਹੁਣ ਪੁਲਿਸ ਹੈ ਉਹ ਡਿਮੋਰਲਾਈਜ਼ ਹੋ ਜਾਂਦੀ ਹੈ ਪੋਲੀਟੀਸ਼ੀਅਨਾਂ ਤੋਂ ਆਮ ਜਨਤਾ ਤੋਂ ਪੁਲਿਸ ਅਗਰ ਚਲਾਨ ਕਰਦੀ ਹੈ ਉਹਨੂੰ ਕੋਈ ਸਾਡੇ ਕੋਲ ਤੁਹਾਡੇ ਸਾਡੇ ਵਕਤ ਦਾ ਲੀਡਰ ਫੋਨ ਕਰਦਾ ਹੋਏ ਫੜਦੇ ਇਹਨੂੰ ਇਹ ਮੇਰੇ ਬੰਦੇ ਮੇਰੀ ਪਾਰਟੀ ਦੇ ਬੰਦੇ ਆ ਦੇਖੋ ਫਿਰ ਕਸੂਰਵਾਰ ਕੌਣ ਹੋਇਆ ਛੋਟੀ ਜਿਹੀ ਬ੍ਰੇਕ ਲਈ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਰਮਨਦਾਸ ਜੀ ਜਲੰਧਰ ਤੋਂ ਬਹੁਤ ਸੋਹਣਾ ਐਲੈਬੋਰੇਟ ਕਰ ਰਹੇ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਦੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਮੈਂ ਤੁਹਾਡਾ ਗੁਰਲਾਲ ਤੁਹਾਡੇ ਰੂਬਰੂ ਹੁੰਦਾ ਆ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਰਮਨਦੱਤ ਜੀ ਬਹੁਤ ਸੋਹਣਾ ਐਲੈਬੋਰੇਟ ਕਰ ਰਹੇ ਜਿਹੜੇ ਕਿ ਚੇਅਰਮੈਨ ਹੈ ਇੰਡੋ ਅਮੈਰੀਕਨ ਫਰੈਂਡਸ ਗਰੁੱਪ ਦੇ ਅਤੇ ਸੀਨੀਅਰ ਕਾਂਗਰਸੀ ਲੀਡਰ ਪੰਜਾਬ ਤੋਂ ਰਮਨ ਭਾਅ ਜੀ ਆਪਣੇ ਨਾਲ ਨਾ ਇੱਕ ਕਾਲਰ ਜੁੜ ਗਏ ਲੈ ਕੇ ਆਪਾਂ ਅੱਗੇ ਵੱਧਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਜੀ ਤੁਹਾਡਾ ਔਨਰ ਹੋ ਤੁਸੀਂ ਕੌਣ ਜੀ ਹਾਂਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੌਣ ਪਾਲ ਸਿੰਘ ਜੀ ਬੋਲ ਰਹੇ ਹੋ ਹਾਂਜੀ ਬਿਲਕੁਲ ਪਾਲ ਸਿੰਘ ਬੋਲ ਰਿਹਾ ਮੈਂ ਕੈਲੀਫੋਰਨੀਆ ਤੋਂ ਜੀ 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 ਪਹਿਲੇ ਤੇ ਮੈਂ ਦੱਤ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਇੰਡੋ ਅਮੈਰੀਕਨ ਜਿਹੜੀ ਯੂਨਿਟੀ ਨੂੰ ਰਿਪ੍ਰੈਜੈਂਟ ਇੱਕ ਫੈਡਰੇਸ਼ਨ ਰਿਪ੍ਰੈਜੈਂਟ ਕਰ ਰਹੇ ਨੇ ਤੇ ਸਾਡੇ ਨਾਲ ਇਸ ਪ੍ਰੋਗਰਾਮ ਤੁਹਾਡੇ ਜਿਹੜੇ ਮਹਾਨ ਪ੍ਰੋਗਰਾਮ ਚ ਜਸ ਪੰਜਾਬੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਤੁਸੀਂ ਵੀ ਹੀਰੇ ਲੱਭ ਲੱਭ ਕੇ ਲਿਆਉਂਦੇ ਹੋ ਨਹੀਂ ਤੁਹਾਡਾ ਆਸ਼ੀਰਵਾਦ ਪਾਲ ਸਿੰਘ ਜੀ ਕੁਐਸਚਨ ਤੇ ਮੈਂ ਇਹ ਕਹਿਣਾ ਚਾਹਾਂਗਾ ਅੱਜ ਦੀ ਜਿਹੜੀ ਜ਼ਰੂਰਤ ਹੈਗੀ ਹੈ ਵਰਲਡ ਦੀ ਸ਼ਾਂਤੀ ਵਾਸਤੇ ਜੇ ਇਫ ਯੂ ਵਾਂਟ ਪੀਸ ਤੇ ਇਸ ਵਕਤ ਇੰਡੀਆ ਤੇ ਅਮਰੀਕਾ ਦੀ ਜਿਹੜੀ ਕੋਆਪਰੇਸ਼ਨ ਹੈ ਜੀ ਉਹ ਦੈਟ ਇਜ਼ ਵੈਰੀ ਨੈਸੈਸਰੀ ਤੇ ਜੋ ਕੁਝ ਇਸ ਕਰਕੇ ਜਿਹੜੇ ਹੈਗਾ ਕਿ ਬਈ ਇੱਕ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਸਾਹਿਬ ਨੇ ਉੱਥੋਂ ਅਫਗਾਨਿਸਤਾਨ ਤੋਂ ਜਿਹੜੀਆਂ ਫੌਜਾਂ ਹਟਾਈਆਂ ਨੇ ਅਸੀਂ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜੀ ਕਾਰਨ ਉਹਦਾ ਇਹ ਹੈਗਾ ਕਿ ਉਹਦਾ ਜਿਹੜਾ ਜਿਹੜਾ ਕਿ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਉਹ ਸ਼ੁਰੂ ਕੀਤਾ ਸੀਗਾ ਉਹ ਜਿਹੜਾ ਇਹਨਾਂ ਨੇ ਮਿਸ਼ਨ ਪੂਰਾ ਕੀਤਾ ਤੇ ਹੁਣ ਸਾਡੇ ਜਿਹੜੇ ਇੱਕ ਦੂਜੇ ਨੂੰ ਜਿਹੜਾ ਹੈਗਾ ਨਾ ਉਹ ਭਾਵੇਂ ਜੋ ਮਰਜ਼ੀ ਕਹੀ ਜਾਣ ਕਿ ਇੰਜ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਹੋਣਾ ਚਾਹੀਦਾ ਸੀਗਾ ਤੇ ਇਸ ਕਰਕੇ ਇੰਡੀਆ ਤੇ ਅਮੈਰੀਕਾ ਤੇ ਜਿਹੜੇ ਸਾਰੇ ਸਿਟੀਜ਼ਨ ਨੇ ਉਹ ਉਹਨਾਂ ਨੂੰ ਸਪੋਰਟ ਕਰਨ ਜੀ ਤੇ ਇਸ ਕਰਕੇ ਜਿਹੜਾ ਹੈਗੀ ਪੀਸਫੁਲ ਆਵੇ ਤੇ ਇੱਕ ਜਿਹੜਾ ਹੈਗਾ ਅੱਜ ਵੀ ਜਿਹੜੇ ਅਸੀਂ ਖਬਰਾਂ ਤੁਸੀਂ ਪੜ੍ਹੀਆਂ ਹੋਣੀਆਂ ਨੇ ਇੰਡੀਅਨ ਅੰਬੈਸੀ ਦੇ ਵਿੱਚ ਜਿਹੜਾ ਇੱਕ ਬੰਦੇ ਦੀ ਮੁਲਾਕਾਤ ਤੇ ਮੈਨੂੰ ਨਾ ਭੁੱਲ ਰਿਹਾ ਉਹਦਾ ਫਾਰਨ ਮਿਨਿਸਟਰ ਬਣ ਜਾ ਰਿਹਾ ਉਹ ਇੱਥੇ ਦੀ IMA ਤੋਂ ਪੜ੍ਹ ਕੇ ਗਿਆ ਤੇ ਉਹਨੇ ਅਪੀਲ ਕੀਤੀ ਹੈ ਕਿ ਜਿਹੜੇ ਇੱਥੋਂ ਜਿਹੜੇ ਸਿੱਖ ਪੰਜਾਬੀ ਜਿਹੜੇ ਵਾਪਸ ਜਾ ਰਹੇ ਨੇ ਵੀ ਵਾਂਟ ਦੈਮ ਬੈਕ ਔਰ ਦੂਜੀ ਗੱਲ ਉਹਨੇ ਕਹੀ ਹੈ ਵੀ ਨੀਡ ਦੀ ਸਪੋਰਟ ਆਫ ਇੰਡੀਆ ਅਮੈਰੀਕਾ ਐਂਡ ਨਾਟੋ ਆਲ ਦੈਟ ਟੂ ਰੀਬਿਲਡ ਅਫਗਾਨਿਸਤਾਨ ਜੀ 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 ਤੇ ਉਹਨੇ ਬਿਲਕੁਲ ਕਲੀਅਰ ਲਫ਼ਜ਼ ਕਿਹਾ ਇੰਡੀਆ ਨੇ ਇੱਕ ਸਿੰਪਲੀ ਡਿਮਾਂਡ ਕੀਤੀ ਹੈ ਕਿ ਕਿਸੇ ਵੀ ਅਮੈਰੀਕਾ ਇੰਡੀਆ ਦੇ ਖਿਲਾਫ਼ ਤੇ ਜਿਹੜੀ ਹੈਗੀ ਹੈ ਉਹ ਅਫਗਾਨਿਸਤਾਨ ਦੀ ਧਰਤੀ ਯੂਜ਼ ਨਹੀਂ ਹੋਣ ਦਿੱਤੀ ਜਾਏਗੀ ਕਿ ਮੈਂ ਉਹਦੇ ਤੁਹਾਡੇ ਸਹਿਯੋਗ ਜੀ ਪਾਲ ਸਿੰਘ ਜੀ ਮੇਰੀ ਚੈਨਲ ਥਰੂ ਅਪੀਲ ਕਰਨੀ ਚਾਹਾਂਗਾ ਕਿ ਅਮੈਰੀਕਾ ਨੂੰ ਵੀ ਅਸੀਂ ਕਹਿੰਦੇ ਹਾਂ ਭਾਈ ਤੁਸੀਂ ਜਿਹੜੀ ਹੈਗੀ ਆਪਣੀ ਧਰਤੀ ਜਿਹੜੀ ਹੈ ਅਮੈਰੀਕਾ ਦੇ ਖਿਲਾਫ਼ ਵੀ ਨਾ ਯੂਜ਼ ਹੋਣ ਦਿਓ ਈਵਨ ਕਿਸੇ ਕੰਟਰੀ ਦੇ ਖਿਲਾਫ਼ ਵੀ ਨਾ ਯੂਜ਼ ਹੋਣ ਦਿਓ ਵਨ ਪਰਸਨ ਹੈਜ਼ ਰਾਈਟਲੀ ਸੈਡ ਕਿ ਬਾਈਡਨ ਸਾਹਿਬ ਨੇ ਇਹ ਬਿਲਕੁਲ ਸਟੈਪ ਲਿਆ ਬਜਾਏ ਸੇ ਅਮੈਰੀਕਨ ਫੌਜੀ ਉੱਥੇ ਮਰਨ ਉੱਥੇ ਜਿਹੜੀ ਕੁੜੀ ਜਿਹੜੀ ਹੈਗੀ ਸੀ ਤੁਸੀਂ ਫੋਟੋ ਵੇਖੀ ਹੋਣੀ ਕਿ ਬੱਚੇ ਨੂੰ ਉਹਨੇ ਚੁੱਕਿਆ ਹੋਇਆ ਸ਼ੀ ਇਜ਼ ਵਨ ਆਫ ਦਾ ਸੋਲਜਰ ਜਿਹੜੇ ਕਿ 13 ਫੌਜੀਆਂ 'ਚ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਸਾਹਿਬ ਉੱਥੇ ਉਸ ਡੈਡ ਬਾਡੀ ਰਿਲੀਵ ਵਾਸਤੇ ਖੁਦ ਆਪਣੀ ਫੈਮਿਲੀ ਨਾਲ ਆਪਣੇ ਸਟਾਫ ਸੀਨੀਅਰ ਸਟਾਫ ਨਾਲ ਸਾਰੇ ਮਿਲੀਟਰੀ ਆਨਰਸ ਨਾਲ ਉਹਨੂੰ ਰਿਸੀਵ ਕਰਨ ਵਾਸਤੇ ਗਏ ਜੀ ਜੀ ਬਹੁਤ ਬਹੁਤ ਅਮੈਰੀਕਨ ਫੋਰਸਿਸ ਉੱਥੋਂ ਨਿਕਲੇ ਨਹੀਂ ਤੇ ਉਹ ਹਾਲੇ ਵੀ ਪਾਕਿਸਤਾਨ ਵਿੱਚ ਜਿਹੜੇ ਉੱਥੇ ਬੈਠੇ ਨੇ ਦੇ ਆਰ ਵੇਟਿੰਗ ਕਿ ਉਹਦੇ ਵਿੱਚ ਜਿਹੜਾ ਪਾਕਿਸਤਾਨ ਭਾਵੇਂ ਡਿਨਾਈ ਕਰ ਦਿੱਤਾ ਜਾਵੇ ਜਾਂ ਸਾਰਾ ਕੁਝ ਕਿਉਂਕਿ ਜਿਹੜੀ ਮੇਰੀ ਸਮਝ ਹੈਗੀ ਹੈ ਉੱਥੇ ਬੈਠੇ ਨੇ ਇਫ ਸਮਥਿੰਗ ਅਫਗਾਨਿਸਤਾਨ ਨੀਡਸ ਅਮੈਰੀਕਾ ਇਜ਼ ਦੇਅਰ
ਜਿਹੜਾ ਜੰਗੀ ਬੜਾ ਉਹ ਵੀ ਅਮਰੀਕਾ ਦੇ ਉੱਤੇ ਬੈਠਾ ਖੜਾ। ਦੁਨੀਆ ਨੂੰ ਕਿੰਨਾ ਸ਼ੌਕ ਲੱਗਾ ਸੀ। ਰਮਨ ਭਾਜੀ ਆਪਾਂ ਡਾਕਟਰ ਪੰਨੂ ਜੁੜ ਗਿਆ, ਆਪਾਂ ਉਹਨਾਂ ਦੀ ਕਾਲ ਲੈ ਲਈਏ ਤੇ ਫਿਰ ਅੱਗੇ ਵਧਦੇ ਹਾਂ। ਜੀ ਡਾਕਟਰ ਪੰਨੂ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਰਮਨ ਭਾਜੀ ਸਾਡੇ ਨਾਲ ਬਣੇ ਹੋਏ ਨੇ, ਬਹੁਤ ਬਹੁਤ ਸਵਾਗਤ ਤੁਹਾਡਾ ਡਾਕਟਰ ਪੰਨੂ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਜੀ ਰਮਨ ਦੱਤ ਜੀ ਆਪਣੇ ਨਾਲ ਬਣੇ ਹੋਣਗੇ, ਕੀ ਕਹਿਣਾ ਚਾਹੋਗੇ ਜੀ? ਆਵਾਜ਼ ਆ ਰਹੀ ਡਾਕਟਰ ਪੰਨੂ ਜੀ? ਆ ਰਹੀ, ਬੜੀ ਘੱਟ ਆ ਰਹੀ ਆ ਜੀ। ਰਮਨ ਭਾਜੀ ਅੱਜ ਲਾਈਨ ਤੇ ਨੇ? ਹਾਂਜੀ ਲਾਈਨ ਤੇ ਨੇ ਬਿਲਕੁਲ ਜੀ। ਜੀ ਰਮਨ ਭਾਜੀ ਨੂੰ ਮੈਂ ਇਹ ਕੁਐਸਚਨ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਨਗੌਰ ਦੇ ਵਿੱਚ ਬਾਲਾ ਸਾਹਿਬ ਹੋਈ ਆ ਰੋਡ ਐਕਸੀਡੈਂਟ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ, ਇਸ ਬਾਰੇ ਬੜਾ ਚਿੰਤਾ ਦਾ ਵਿਸ਼ਾ। ਮੈਂ ਇਸ 'ਤੇ ਕੁਛ ਡਾਟਾ ਪੇਸ਼ ਕਰਨਾ ਚਾਹੁੰਦਾ ਕਿ ਭਾਰਤ ਦੇ ਵਿੱਚ ਹਰ ਸਾਲ ਜੋ ਇੰਟਰ ਆ ਰਿਹਾ ਹੈ 700-800 ਮੌਤਾਂ ਹਰ ਸਾਲ ਹੋ ਹਰ ਦਿਨ ਹੁੰਦੀਆਂ ਨੇ, ਬਹੁਤ ਵੱਡਾ ਨੁਕਸਾਨ ਹੈ ਜੀ ਜੀ ਜੀ। ਔਰ ਮੈਂ ਇਹਨੂੰ ਕਹਾਂਗਾ ਇਹ ਇੱਕ ਸਾਇਲੈਂਟ ਡਿਸਐਸਟਰ ਹੈ। ਇੰਡੀਆ ਦੇ ਵਿੱਚ ਇੱਕ ਰੋਜ਼ ਜੰਬੂ ਜੈੱਟ, ਇੱਕ ਕੀ ਦੋ ਜੰਬੂ ਜੈੱਟ ਕ੍ਰੈਸ਼ ਹੁੰਦੇ ਨੇ, 700-800 ਬੰਦਾ ਰੋਜ਼ ਰੋਡ ਐਕਸੀਡੈਂਟ 'ਚ ਮਰ ਜਾਣਾ, ਇੱਕ ਬਹੁਤ ਵੱਡਾ ਨੁਕਸਾਨ ਹੈ, ਤ੍ਰਾਸਦੀ ਹੈ, ਜਾਨੀ ਮਾਲੀ ਨੁਕਸਾਨ ਹੈ ਜੀ। ਇਹ ਸਿਰਫ ਇੱਕ ਮੈਂ ਰੋਡ ਐਕਸੀਡੈਂਟ ਦੀ ਗੱਲ ਕਰ ਰਿਹਾ, ਫੈਮਿਲੀ ਵਾਸਤੇ ਹੁੰਦੀ ਆ ਕਿਸੇ ਵੀ ਜਵਾਨ ਦੀ, ਭਾਵੇਂ ਉਹ ਰੋਡ ਐਕਸੀਡੈਂਟ ਹੋਵੇ, ਭਾਵੇਂ ਸਿਕਿਉਰਿਟੀ ਫੋਰਸਿਸ 'ਚ ਹੋਵੇ, ਭਾਵੇਂ BSF ਆਰਮੀ 'ਚ ਹੋਵੇ, ਭਾਵੇਂ ਗੈਂਗਸਟਰ ਦੀ ਹੋਵੇ, ਭਾਵੇਂ ਕਿਸੇ ਵੀ ਤਰੀਕੇ ਨਾਲ ਮੌਤ ਹੋਵੇ, ਫੈਮਿਲੀ ਵਾਸਤੇ ਮੌਤ ਜਿਹੜੀ ਮੌਤ ਹੀ ਹੈ, ਬਹੁਤ ਵੱਡਾ ਨੁਕਸਾਨ ਹੈ, ਚਾਹੇ ਨਸ਼ਾ ਨਾ ਹੀ ਹੁੰਦੀ ਹੋਵੇ। ਰਮਨ ਭਾਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਕਾਂਗਰਸ ਦੀ ਗੌਰਮੈਂਟ ਪੰਜਾਬ ਰੋਡ ਸੇਫਟੀ ਕੌਂਸਲ ਨੂੰ ਐਕਟਿਵ ਕਰੇ, ਔਰ ਪ੍ਰਾਈਮ ਮਿਨਿਸਟਰ ਨੂੰ ਇਹ ਰਿਕੁਐਸਟ ਕਰਾਂਗਾ ਕਿ ਇੰਡੀਆ ਲੈਵਲ 'ਤੇ ਜਿਹੜੇ ਰੋਡ ਐਕਸੀਡੈਂਟ 'ਚ ਡੈਥਸ ਹੋ ਰਹੀਆਂ ਨੇ ਇਸ ਦੇ ਉੱਤੇ ਬਹੁਤ ਉੱਚੇ ਪੱਧਰ 'ਤੇ ਕੰਮ ਹੋਣਾ ਚਾਹੀਦਾ, ਇਹ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਰਮਨ ਭਾਜੀ ਕੀ ਕਹਿਣਾ ਚਾਹੁੰਦੇ ਨੇ ਇਸ ਗੱਲ? ਦੇਖੋ ਗੱਲ ਹੈ ਕਿ ਪੰਜਾਬ ਸਰਕਾਰ ਕੋਈ ਵੀ, ਭਾਵੇਂ ਸਾਡੀ ਸਰਕਾਰ ਹੈ ਭਾਵੇਂ, ਪਹਿਲੀ ਗੱਲ ਤਾਂ ਜਦੋਂ ਅਸੀਂ ਇਹ ਮੁੱਦੇ ਦੀ ਗੱਲ ਕਰਦੇ ਹਾਂ, ਮੈਂ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਉਦੋਂ ਅਸੀਂ ਕੋਈ ਕਾਂਗਰਸੀ ਬਣ ਕੇ ਨਹੀਂ ਗੱਲ ਕਰਦੇ, ਕਿਉਂਕਿ ਦੇਸ਼ ਦਾ ਸਵਾਲ ਹੈ, ਪੰਜਾਬ ਦਾ ਸਵਾਲ ਹੈ, ਕਿਉਂਕਿ ਜਦੋਂ ਕਿਸੇ ਘਰ ਦੇ ਵਿੱਚ ਜਵਾਨ ਬੰਦੇ ਡੈਥ ਹੁੰਦੇ, ਉਹ ਘਰ ਦੇ ਘਰ ਰੁਲ ਜਾਂਦਾ, ਆਪਾਂ ਲਈ ਤਾਂ ਸਿਰਫ ਖਬਰ ਬਣਦੀ ਨਾ 13 ਬੰਦੇ ਮਰ ਗਏ ਜਾਂ ਇੱਕ ਬੰਦਾ ਮਰ, ਉਹ ਬਸ 'ਚ ਅਗਰ 50 ਬੰਦੇ ਬੈਠੇ ਤਾਂ 50 ਦੇ ਨਾਲ 50 ਖਾਨਦਾਨ ਤਬਾਹ ਹੋ ਜਾਂਦੇ ਆ ਜਿਹੜੇ, ਅਗਰ ਕੋਈ ਐਕਸੀਡੈਂਟ ਹੁੰਦਾ। ਦੇਖੋ ਜਿਸ ਘਰ 'ਚੋਂ ਇੱਕ ਜਵਾਨ ਬੱਚਾ ਜਾਂ ਕੋਈ ਵੀ ਕਮਾਊ, ਜਦੋਂ ਕੋਈ ਕਿਸੇ ਦਾ ਪਿਓ ਚੱਲ ਜਾਂਦਾ, ਕਿਸੇ ਦਾ ਬੇਟਾ ਚੱਲ ਜਾਂਦਾ ਬਜ਼ੁਰਗਾਂ ਦਾ, ਤੇ ਉਹਨਾਂ ਨੂੰ ਘਰਦਿਆਂ ਨੂੰ ਪੁੱਛੋ ਉਹਨਾਂ ਨਾਲ ਕੀ ਹੁੰਦਾ, ਉਹਨਾਂ ਲਈ ਤਾਂ ਲਹਿ ਆ ਜਾਂਦੀ, ਉਹਨਾਂ ਦਾ ਤਾਂ ਜ਼ਿੰਦਗੀ ਉੱਥੇ ਨਹੀਂ ਖਤਮ ਹੋ ਜਾਂਦੀ ਜਦੋਂ ਘਰ 'ਚ ਇੱਕ ਅੱਧਾ ਜੀਵ ਚੱਲ ਜਾਂਦਾ। ਤੇ ਉਹਦੇ ਵਿੱਚ ਦੇਖੋ ਮੈਂ ਪੰਨੂ ਸਾਹਿਬ ਨੂੰ ਪਹਿਲਾਂ ਵੀ ਕਿਹਾ ਸੀ, ਪਹਿਲਾਂ ਵੀ ਇਹ ਗੱਲ ਕਰਕੇ ਹਟੇ ਹਾਂ ਕਿ ਦੇਖੋ ਸਰਕਾਰਾਂ ਤੇ ਕੰਮ, ਇੰਡੀਆ ਦੀਆਂ ਰੋਡ ਨੈਟਵਰਕ ਤਾਂ ਬਹੁਤ ਅੱਛਾ ਹੋ ਰਿਹਾ, ਸਰਕਾਰਾਂ ਵੀ ਕੰਮ ਕਰ ਰਹੀਆਂ, ਸਰਕਾਰਾਂ ਤਦੇ ਕੰਮ ਕਰਨਗੀਆਂ ਜਦ ਤੱਕ ਅਸੀਂ ਰੌਲਾ ਪਾਵਾਂਗੇ, ਅਸੀਂ ਸਮਾਜ ਉਠਾਵਾਂ, ਜਿਹੜਾ ਪੜ੍ਹਿਆ ਲਿਖਿਆ ਸਮਾਜ ਹੈ ਪੰਜਾਬ ਦਾ, ਹਿੰਦੁਸਤਾਨ ਦਾ, ਉਹ ਜਦ ਤੱਕ ਨਹੀਂ ਰੌਲਾ ਪਾਏਗਾ। ਦੇਖੋ ਹੁਣ ਇੰਡੀਆ ਦੀਆਂ ਸੜਕਾਂ ਜਿਹੜੀਆਂ ਵਰਲਡ ਲੈਵਲ ਦੀਆਂ ਬਣ ਰਹੀਆਂ, ਮੈਂ ਬਹੁਤ ਰੋਡ ਟਰੈਵਲ ਕਰਦਾ, ਖੁਦ ਮੈਂ ਡਰਾਈਵਿੰਗ ਕਰਨਾ ਪਸੰਦ ਕਰਦਾ, ਮੈਂ ਹਜ਼ਾਰਾਂ ਕਿਲੋਮੀਟਰ ਸਾਲ ਦੇ ਵਿੱਚ, ਸਿਰਫ ਮੇਰੀ ਗੱਡੀ ਸਿਰਫ, ਮੈਂ ਕੋਈ ਕਮਰਸ਼ੀਅਲ ਡਰਾਈਵਰ ਨਹੀਂ ਹੈ, ਬਟ 70,000 ਕਿਲੋਮੀਟਰ ਮੇਰੀ ਗੱਡੀ ਸਾਲ 'ਚ ਮੈਂ ਆਪਣੀ ਖੁਦ ਚਲਾ ਲੈਂਦਾ, ਬਾਈ ਰੋਡ, ਭਾਵੇਂ ਦਿੱਲੀ ਜਾਣਾ ਹੋਵੇ, ਭਾਵੇਂ ਰਾਜਸਥਾਨ ਜਾਣਾ ਹੋਵੇ, ਕਿਤੇ ਵੀ ਜਾਣਾ ਹੋਵੇ, ਆਈ ਲਵ ਡਰਾਈਵਿੰਗ। ਉਹ ਤਦੀ ਲਾਭ ਹੋ ਸਕਦਾ ਜਦ ਰੋਡ ਚੰਗੀਆਂ ਹੋਣਗੀਆਂ। ਮੈਂ ਪਿੱਛੇ ਜੇ ਹਰਿਦੁਆਰ ਗਿਆ ਬਾਈ ਰੋਡ,
भाई साहब तुसी रोड देखो तुसी हैरान हो जाओगे कि इन्नी इन्नी परफेक्ट रोड बन चुकी है इंडिया तो एक्सीडेंट का कोई खतरा हो ही नहीं सकता। देखो जी गल है कि हम आप गल करते कि एक्सीडेंट होंगे क्यों हूँ जी मैं तुम गल की हरिद्वार दी रोड की गल की पंजाब तो जाती सीधी हूँ रोड बहुत अच्छी है मैं अगर देखा तो लोग 150-150 किलोमीटर की स्पीड से गड्डी चला 160 किलोमीटर की गड्डी की स्पीड चला रहे जबकि अमेरिका दी सड़क अगर तुम I-5 देखते हो टायर हुंदे आ कुछ हद तक जो आप गड्डी बहुत तेज चलाने गड्डी का टायर जो अपनी इन्नी गर्मी सहार नहीं सकते ब्लास्ट हो जाते हैं हुण गल है कि सरकारां ते उत्थे मीटर उत्थे ला दिंदी है 90 स्पीड होनी चाहिए है 100 गाहे बगाहे चलान भी कर दी भावें पंजाब सरकार हो भावें हरियाणा की भावें यूपी की भावें उत्तराखंड की कहानी यह आती है कि जो साडे अहम आंदा साडा चलान किदा करता तू सानू जानदा नहीं जानदा नहीं बस बस गल इत्थे आ जांदी है मंत्री नाल गल कर मेरे फलाने एमएलए नाल गल कर या मेरा फलाना अफसर दोस्त है यह जो जो पुलिस डिमोरलाइज हो जाती पुलिस ने कहना मैं की लेना देना पुलिस अपना अपनी चलान करने दी चीजा है गरीबा के कर लापा दी जेड़िया जेड़ा स्कूटर चलांदा जेड़ा ओदे कागज चेक करना पैंदे जबकि ट्रैफिक पुलिस का काम कागज चेक करना नहीं है तलाशी लेना नहीं है ओदा काम है ट्रैफिक नु सुचारू रूप से चलाना भावे ओवर स्पीडिंग तो भी चलान करना अगर कि ट्रैफिक जाम होया तो ट्रैफिक नु खुलाना क्योंकि उत्थे ओदा बस नहीं चलता ट्रैफिक पुलिस का क्योंकि नौकर आ ओह डरदी तुहाडे तो आम जनता तो खेती बाड़ी च भी मोहरी होए फौजा च भी मोहरी होए अज पूरे हिंदुस्तान नूं दस दईए असीं ट्रैफिक रूल्स मनन लई देखिए बुरा इंसान समझिए अपने साल डेढ़ साल देखोगे बहुत थले आ जाऊगा मैं फिर कहना ਸਾਡੇ ਸਕੂਲਾਂ ਨੂੰ ਸਾਡੇ ਕਾਲਜਾਂ ਨੂੰ ਸਾਡੇ ਮੰਦਰਾਂ ਨੂੰ ਸਾਡੇ ਗੁਰਦੁਆਰਿਆਂ ਨੂੰ ਇਹ ਅੱਗੇ ਆ ਕੇ ਆਪਾਂ ਸਪੀਚਾਂ ਇਧਰ ਉਧਰ ਦੀਆਂ ਦੇਣੀਆਂ ਬੰਦ ਕਰਕੇ ਨਾ ਇਹ ਗੱਲ ਕਰੀਏ ਕਿ ਸਮਾਜ ਨੂੰ ਪੜ੍ਹਾਉਣਾ ਸਮਾਜ ਨੂੰ ਸੁਧਾਰਨਾ ਜਦੋਂ ਸਮਾਜ ਪੜ੍ਹਿਆ ਲਿਖਿਆ ਹੋਏਗਾ ਸੁਧਰੇਗਾ ਉਦੋਂ ਗੱਡੀਆਂ ਵੀ ਸਹੀ ਚਲਾਏਗਾ ਟ੍ਰੈਫਿਕ ਵੀ ਸਹੀ ਚਲਾਏਗਾ ਔਰ ਕੰਮ ਵੀ ਸਹੀ ਕਰੇਗਾ ਜੀ ਜੀ ਰਮਨ ਭਾਜੀ ਤੁਸੀਂ ਬਹੁਤ ਸੋਹਣਾ ਲੱਗਦਾ ਕੋਈ ਹੱਲ ਨਹੀਂ ਹੈਗਾ ਬਹੁਤ ਸੋਹਣਾ ਜੀ ਆਪਣਾ ਕਲਰ ਹੋਰ ਵੀ ਜੁੜ ਗਿਆ ਰਮਨ ਭਾਜੀ ਆਪਾਂ ਨਾ ਇੱਕ ਮਜਬੂਰੀ ਬਸ ਆਪਾਂ ਨੂੰ ਇੱਕ ਲਾਸਟ ਬ੍ਰੇਕ ਲਈ ਕੁਇਕ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਦਾ ਉਹਨਾਂ ਦੀ ਵੀ ਗੱਲ ਕਰਨੀ ਜਿਹੜੀ ਆਪਾਂ ਪਾਲ ਸਿੰਘ ਜੀ ਹਾਂਜੀ ਅਮਰੀਕਾ ਦੀਆਂ ਫੋਰਸਿਸ ਦੇ ਉੱਪਰ ਜੀ ਆਪਣੇ ਨਾਲ ਬਹੁਤ ਕਲਰ ਜੁੜਿਆ ਆਪਾਂ ਹੋਰ ਵੀ ਲਾਂਗੇ ਦਰਸ਼ਕੋ ਸਾਨੂੰ ਰੁਕਣਾ ਪੈ ਰਿਹਾ ਇੱਕ ਲਾਸਟ ਬ੍ਰੇਕ ਲਈ ਇਦਾਂ ਹੀ ਬਣੇ ਰਹੋ ਜਸ ਪੰਜਾਬੀ ਦੇ स्वागत जी ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਅਦਾਰਾ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਜੁੜੇ ਮਾਨਯੋਗ ਰਮਨ ਜੱਤ ਜੀ ਜਿਹੜੇ ਕਿ ਚੇਅਰਮੈਨ ਨੇ ਇੰਡੋ ਅਮਰੀਕਨ ਫਰੈਂਡਸ ਗਰੁੱਪ ਦੇ ਰਮਨ ਭਾਜੀ ਆਪਣੇ ਨਾਲ ਡਾਕਟਰ ਬਾਜਵਾ ਜੁੜ ਗਏ ਅਤੇ ਉਸ ਤੋਂ ਬਾਅਦ ਤੁਸੀਂ ਤਿੰਨਾਂ ਦਾ ਆਨਸਰ ਇਕੱਠੇ ਦੇਈ ਜਾਇਓ ਆਪਣੇ ਕੋਲ ਮਿੰਟ ਕੋਈ 7-8 ਮਿੰਟ ਹੀ ਰਹਿ ਗਏ ਅਤੇ ਬਾਕੀ ਦੇ ਵਿਸ਼ਿਆਂ 'ਤੇ ਆਪਾਂ ਫੇਰ ਸੈਸ਼ਨ ਲਵਾਂਗੇ ਹਾਂਜੀ ਜੀ ਡਾਕਟਰ ਬਾਜਵਾ ਤੁਸੀਂ ਔਨ ਏਅਰ ਹੋ ਜੀ ਰਮਨ ਜੱਤ ਜੀ ਆਪਣੇ ਨਾਲ ਜੁੜੇ ਹੋਏ ਹੈ ਹੈਲੋ ਹਾਂਜੀ ਡਾਕਟਰ ਬਾਜਵਾ ਬਹੁਤ ਬਹੁਤ ਸਵਾਗਤ ਜੀ ਆਪਣੇ ਨਾਲ ਰਮਨ ਜੀ ਜੁੜੇ ਹੋਏ ਆ ਬੜੀ ਆਵਾਜ਼ ਬੜੀ ਲੋ ਆ ਰਹੀ ਹੈ ਹਾਂਜੀ ਹੁਣ ਆ ਰਹੀ ਹੈ ਥੋੜੀ ਲੋ ਹੀ ਹੈ ਚਲੋ ਹਾਂਜੀ ਹੁਣ ਦੇਖੋ ਜੀ ਹਾਂ ਹਾਂ ਠੀਕ ਹੈ ਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਅੱਛਾ ਦੱਸ ਰਹੇ ਹਾਂ ਟ੍ਰੈਫਿਕ ਦੀ ਬਾਬਤ ਜੀ ਜੀ ਮੇਰਾ ਇੱਕ ਇਹਨਾਂ ਨੂੰ ਸਵਾਲ ਹੈ ਛੋਟਾ ਜਿਹਾ ਜੀ ਵੀ ਕਿਆ ਕੋਈ ਸਾਡੇ ਪੰਜਾਬ 'ਚ ਪੰਜਾਬ ਸਟੇਟ ਦੀ ਗੱਲ ਕਰਦੇ ਵੀ ਕਿਆ ਕੋਈ ਇਹੋ ਜਿਹਾ ਆਂਕੜੇ ਜਾਂ ਡਾਟਾ ਹੈ ਵੀ ਸਾਲ 'ਚ ਕਿੰਨੇ ਡਰਾਈਵਰ ਲਾਇਸੈਂਸ ਸਸਪੈਂਡ ਹੁੰਦੇ ਆ ਕਿੰਨੀਆਂ ਵਾਇਲੇਸ਼ਨ ਹੋ ਕੇ ਕਿੰਨੇ ਉੱਥੋਂ ਪੈਸੇ ਇਕੱਠੇ ਕੀਤੇ ਜਾਂਦੇ ਆ ਵਾਇਲੇਸ਼ਨ ਦੇ ਕਿੰਨੀਆਂ ਸਪੀਡੀ ਟਿਕਟਸ ਮਿਲਦੀਆਂ ਅਤੇ ਕਿੰਨੇ ਜਿਹੜੇ ਲਾਇਸੈਂਸ ਹੈ ਉਹ ਪਰਮਾਨੈਂਟਲੀ ਸਸਪੈਂਡ ਹੋ ਜਾਂਦੇ ਆ ਕਿਉਂਕਿ ਵਾਇਲੇਸ਼ਨ ਤਾਂ ਉੱਥੇ ਪੈਰ ਪੈਰ 'ਤੇ ਹੈ ਮੈਂ ਵੀ ਆਏ ਸਾਲ ਜਾਂਦਾ ਉੱਥੇ ਦੇਖਦਾ ਗਲੀਆਂ ਬਾਜ਼ਾਰਾਂ 'ਚ ਕੋਈ ਲਾਈਨ 'ਚ ਨਹੀਂ ਚੱਲਦਾ ਚਾਰ ਚਾਰ ਪੰਜ ਪੰਜ
ਲੈਣਾ ਬਣ ਜਾਂਦੀਆਂ ਪਰ ਕਿੰਨੇ ਕੋ ਆਂਕੜੇ ਹੈ ਇਹਨਾਂ ਚੀਜ਼ਾਂ ਦੇ ਥੈਂਕ ਯੂ ਜੀ ਧੰਨਵਾਦ ਡਾਕਟਰ ਬਾਜਵਾ ਸੁਣੋ ਆਨਸਰ ਸੁਣੋ ਹਾਂਜੀ ਜੀ ਰਮਨ ਭਾਜੀ ਹੁਣ ਤਿੰਨਾਂ ਦੇ ਆਪਣੇ ਕੋਲ 5-6 ਮਿੰਟ ਹੀ ਆ ਸਾਰਿਆਂ ਦਾ ਅਪਡੇਟ ਕਰਦੇ ਹਾਂ ਕੀ ਮੈਂ ਕਰਦਾ ਸਾਰੇ ਕਰਦੇ ਪਹਿਲਾਂ ਅਸੀਂ ਇਹ ਟ੍ਰੈਫਿਕ ਤੇ ਗੱਲ ਕਰਦੇ ਬਾਅਦ ਕਲਾਸ ਤੋਂ ਨੂੰ ਚੱਕਾਂਗੇ ਜੀ ਜਿਹੜੀ ਡਾਕਟਰ ਨੇ ਦੇਖੋ ਡਾਕਟਰ ਬਾਜਵਾ ਸਾਹਿਬ ਨੇ ਬਹੁਤ ਅੱਛਾ ਕੁਐਸਚਨ ਉਠਾਇਆ ਹੈਗਾ ਕਿ ਇੱਥੇ ਪੈਰ ਪੈਰ ਤੇ ਕੋਰਿਲੇਸ਼ਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਅਸੀਂ ਵੀ ਇੱਥੇ ਰਹਿੰਦੇ ਇਸੇ ਸਮਾਜ 'ਚ ਰਹਿੰਦੇ ਹਾਂ ਇਹ ਸਮਾਜਿਕ ਬੁਰਾਈ ਹੈ ਸਾਡੀ ਸਾਡੀ ਜਦੋਂ ਆਪਾਂ ਲਾਈਨ ਇੱਕ ਲਾਈਨ ਹੁੰਦੀ ਉਹਦੇ 4 ਲਾਈਨਾਂ ਬਣਾ ਦਿੰਦੇ ਹਾਂ ਤੇ ਉਦੋਂ ਬੋਟਲ ਨੈਕ ਬਣ ਜਾਂਦਾ ਇੱਕ ਲੇਨ ਹੁੰਦੀ ਹੈ ਤੇ 4-4 ਬੰਦੇ 4-4 ਬਣਾ ਲੈਂਦੇ ਤੇ ਐਂ ਫਿਰ ਉੱਥੇ ਟ੍ਰੈਫਿਕ ਹੁੰਦਾ ਹੁੰਦਾ ਜੇ ਸਾਰੇ ਲਾਈਨ 'ਚ ਹੋਣ ਤੇ ਕਦੀ ਕੋਈ ਪ੍ਰੋਬਲਮ ਨਾ ਆਵੇ ਕਦੀ ਨਹੀਂ ਪ੍ਰੋਬਲਮ ਜੀ 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 ਆ ਡਾਕਟਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਹੁਣ ਸਮਾਜ ਤੇਜ਼ ਹੋ ਰਿਹਾ ਕਾਫੀ ਸਾਲਾਂ ਤੋਂ ਲੋਕਾਂ ਦੇ ਲਾਇਸੈਂਸ ਕੈਂਸਲ ਹੋ ਰਹੇ ਦੇਖੋ ਅਸੀਂ ਸਾਡੇ ਕਾਫੀ ਇੰਡਸਟਰੀਅਲਿਸਟ ਲੋਕ ਅਸੀਂ ਜੋ ਡਰਾਈਵਰ ਰੱਖਦੇ ਹਾਂ ਅਸੀਂ ਉਹਨਾਂ ਦਾ ਡਰਾਈਵਰ ਦਾ ਲਾਇਸੈਂਸ ਚੈੱਕ ਕਰਦੇ ਹਾਂ ਔਰ ਉਹਦੇ ਵਿੱਚ ਜਿੰਨੇ ਚਲਾਨ ਹੁੰਦੇ ਭਗਤੇ ਹੁੰਦੇ ਕੈਂਸਲ ਹੋਏ ਹੁੰਦੇ ਆ ਉਹ ਪਤਾ ਲਾ ਜਾਂਦਾ ਅਗਰ ਕਿਸੇ ਨੇ ਲਾਇਸੈਂਸ ਬਾਹਰੋਂ ਵੀ ਬਣਾਇਆ ਕਿਤੋਂ ਉਹਨੂੰ ਪਤਾ ਲਾ ਜਾਂਦਾ ਕਿ ਜਾਲੀ ਬਣਿਆ ਜਾਂ ਗਲਤ ਇਨਫੋਰਮੇਸ਼ਨ ਦੇ ਕੇ ਬਣਿਆ ਉਹਦੇ ਵਿੱਚ ਈਵਨ ਤੁਹਾਡਾ ਕਲੇਮ ਜਿਹੜਾ ਜਦੋਂ ਕਲੇਮ ਇੰਸ਼ੋਰੈਂਸ ਕਲੇਮ ਦਿੰਦੇ ਆ ਉਹ ਕੈਂਸਲ ਕਰ ਦਿੰਦੇ ਕਲੇਮ ਕਿਉਂਕਿ ਤੁਹਾਡਾ ਲਾਇਸੈਂਸ ਜਿਹੜਾ ਸੀਗਾ ਉਹ ਮਾਲਕ ਤੇ ਆਉਂਦੀ ਗੱਲ ਉਹ ਇਹ ਜ਼ਿੰਮੇਵਾਰੀ ਜਿਹੜੀ ਹੈ ਖਾਸ ਤੌਰ ਤੇ ਸਰਕਾਰ ਨੇ ਸਾਡੀਆਂ ਕਾਨੂੰਨ ਦੇ ਹਿਸਾਬ ਨਾਲ ਮਾਲਕ ਦੇ ਉੱਪਰ ਦੇ ਦਿੱਤੀ ਕਿ ਜਿਹੜਾ ਤੁਸੀਂ ਡਰਾਈਵਰ ਰੱਖਦੇ ਹੋ ਉਹਦਾ ਲਾਇਸੈਂਸ ਖੁਦ ਚੈੱਕ ਕਰਨਾ 30 ਸਾਲ ਤੱਕ ਦੀ ਉਹਦੀ ਚੈਕਿੰਗ ਹੁੰਦੀ ਹੈ ਜਿਹੜੀ ਡਰਾਈਵਰ ਦੀ ਕਿ ਉਹਦੇ ਕਿੰਨੇ ਚਲਾਨ ਹੋਏ ਆ ਕਿਉਂਕਿ ਹੁਣ ਜਦ ਵੀ ਚਲਾਨ ਹੁੰਦਾ ਉਹ ਅੱਜ ਕੱਲ੍ਹ ਹੁਣ ਦੇਖੋ ਜਦੋਂ ਕੰਪਿਊਟਰ ਯੁੱਗ ਚੱਲ ਰਿਹਾ ਜਿਹੜਾ ਵੀ ਤੁਹਾਡਾ ਮੇਰਾ ਕਦ ਵੀ ਚਲਾਨ ਹੋਊਗਾ ਜਿਹੜਾ ਹੈ ਨਾ ਉਹ ਰਿਕਾਰਡ ਚ ਆ ਜਾਏਗਾ ਉਹ ਕੋਈ ਵੀ ਬੰਦਾ ਤੁਸੀਂ ਅਮੈਰੀਕਾ ਚ ਵੀ ਬੈਠੇ ਹੋ ਕਿਤੇ ਵੀ ਬੈਠੇ ਹੋ ਤੁਸੀਂ ਆਪਣਾ ਇੰਡੀਆ ਚ ਆਪਣਾ ਜਾ ਕੇ ਤੁਸੀਂ ਇੱਕ ਐਪਲੀਕੇਸ਼ਨ ਦੇ ਸਕਦੇ ਹੋ ਕਿ ਹਰ ਸਾਲ ਪੁਲਿਸ ਨੇ ਕਿੰਨੇ ਚਲਾਨ ਤੇ ਇਹ ਪੁਲਿਸ ਆਪ ਹੀ ਇਹ ਡਾਟਾ ਤਕਰੀਬਨ ਗਾਹੇ ਬਗਾਹੇ ਪ੍ਰੈਸ ਕਾਨਫਰੰਸ ਕਰਕੇ ਦਿੰਦੀ ਕਿ ਜੇ ਅਸੀਂ ਇੰਨੇ ਲਾਇਸੈਂਸ ਰੱਦ ਕਰ ਦਿੱਤੇ ਆ ਇਹਦੇ ਇੰਨੇ ਅਸੀਂ ਭੇਜ ਦਿੱਤੇ ਤੇ ਇੰਨੇ ਅਸੀਂ ਰਮਨ ਭਾਜੀ ਇਹ ਚੀਜ਼ਾਂ ਆਰਟੀਆਈ ਦੇ ਦਾਇਰੇ ਚ ਆਉਂਦੀਆਂ ਹਾਂ ਹਾਂਜੀ ਆਰਟੀਆਈ ਚ ਆ ਸਕਦੀ ਕਿਉਂਕਿ ਸਾਰੀ ਪਬਲਿਕ ਹੈ ਨਾ ਤੁਸੀਂ ਕੋਈ ਵੀ ਲੈ ਸਕਦਾ ਆਪਣੀ ਮੈਂ ਤਾਂ ਕਹਿੰਦਾ ਨਲੈਕੀ ਹੁੰਦੀ ਕਈ ਵਾਰੀ ਦੱਸਣ ਲਈ ਬਟ ਉਹ ਪੁਲਿਸ ਖੁਦ ਦੱਸਦੀ ਕਿ ਅਸੀਂ ਇੰਨੇ ਚਲਾਨ ਕੀਤੇ ਆ ਇੰਨੇ ਅਸੀਂ ਕਰਦੇ ਹਾਂ ਔਰ ਮੈਂ ਕਹਿੰਦਾ ਹੁੰਦਾ ਕਿ ਚਲਾਨ ਤੇ ਧਿਆਨ ਘੱਟ ਦਿਓ ਲੋਕਾਂ ਨੂੰ ਐਜੂਕੇਟ ਕਰੋ ਚਲਾਨ ਤੇ ਕਰਨਾ ਐਜੂਕੇਟ ਕਰੋ ਫਿਰ ਸਾਡਾ ਸਮਾਜ ਵੀ ਰੌਲਾ ਪਾਉਂਦਾ ਮੀਡੀਆ ਵੀ ਸਾਡਾ ਸਾਰਾ ਰੌਲਾ ਪਾਉਂਦਾ ਸਾਰਾ ਰੌਲਾ ਪਾਉਂਦੇ ਅਸੀਂ ਉਦਾਂ ਰੋਜ਼ ਦੇਖਦੇ ਹਾਂ ਕਿ ਬੱਚੇ ਆਟੋ 'ਚ 6-6 ਬੱਚੇ ਬੈਠੇ ਆ 10-10 ਬੱਚੇ ਬੈਠੇ ਆ ਅਸੀਂ ਉਹ ਤੋਰੀ ਜਾਂਦੇ ਹਾਂ ਨਾ ਪੁਲਿਸ ਰੋਕਦੀ ਆ ਨਾ ਸਕੂਲ ਰੋਕਦਾ ਨਾ ਬੱਚਿਆਂ ਦੇ ਮਾਂ ਬਾਪ ਜਿਹੜੇ ਚੜਾ ਜਾਂਦੇ ਉਹਨਾਂ ਨੂੰ ਆਟੋ 'ਚ ਉਦੋਂ ਅਸੀਂ ਨਹੀਂ ਬੋਲਦੇ ਇਹ ਸਾਨੂੰ ਪਹਿਲਾਂ ਜੀ ਤੁਸੀਂ ਬਹੁਤ ਸੋਹਣਾ ਕੀਤਾ ਕਿ ਆਪਾਂ ਉਹ ਰੌਲਾ ਉਦੋਂ ਪਾਉਂਦੇ ਜਦੋਂ ਹੱਥੋਂ ਗੱਡੀ ਨਿਕਲ ਚੁੱਕੀ ਹੁੰਦੀ ਹੈ ਗੱਲ ਤੇ ਉਹ ਵੀ ਮਹੀਨਾ ਕੁ ਪਾਉਂਦੇ ਆ ਤਾਂ ਫਿਰ ਮੈਂਟਲ ਪ੍ਰੋਸੈਸ ਉੱਥੇ ਆ ਜਾਂਦਾ ਆਪਣੇ ਕੋਲ ਅਖੀਰਲੇ 2-3 ਮਿੰਟ ਆ ਮੈਨੂੰ ਇਹ ਦੱਸੋ ਆਪਾਂ ਤੁਸੀਂ ਸਕੂਲਾਂ ਮੈਂ ਤੁਹਾਡਾ ਦੇਖਿਆ ਤੁਸੀਂ ਪਿੰਡਾਂ 'ਚ ਵੀ ਜਾ ਰਹੇ ਹੋ ਐਜੂਕੇਟ ਵੀ ਕਰ ਰਹੇ ਹੋ ਆਪਾਂ ਅੱਜ ਹਾਲੇ ਅਵਾਰਾ ਪਸ਼ੂ ਵੱਲ ਤਾਂ ਆਏ ਨਹੀਂ ਕਿਸਾਨ ਮੁੱਦੇ ਵੱਲ ਜਿਹੜਾ ਹੋਇਆ ਉੱਤੇ ਆਪਾਂ ਫਿਰ ਕਰਾਂਗੇ ਮੇਰਾ ਅਖੀਰਲਾ ਇੱਕ ਸਵਾਲ ਹੈ ਉਹਨੂੰ ਚੰਗੀ ਤਰ੍ਹਾਂ ਅਲੈਬਰੇਟ ਕਰੋ ਕਿ ਜੋ ਤੁਸੀਂ ਜਾ ਰਹੇ ਹੋ ਇੱਕ ਆਹ ਮੈਂਟੈਲਿਟੀ ਤੋਂ ਬਾਹਰ ਖਾਸ ਕਰਕੇ ਯੂਥ ਦੇ ਵਿੱਚ ਇਹ ਮੈਂਟੈਲਿਟੀ ਹੈ ਕਿ ਮੈਂ ਇੰਡੀਆ 'ਚ ਬਹੁਤ ਦੇਖੀ ਹੈ ਕਿ ਜਦੋਂ ਤੁਸੀਂ ਡਰਿੰਕ ਕਰ ਲਈ ਤੁਹਾਡੇ ਘਰ ਖੁਸ਼ੀ ਦਾ ਫੰਕਸ਼ਨ ਆ ਜਾਂ ਨਹੀਂ ਤੁਸੀਂ ਡਰਿੰਕ ਕਰ ਲਈ ਉਹ ਉਦੋਂ ਜ਼ਰੂਰ ਗੱਡੀ ਚਲਾਉਂਦੇ ਕਿ ਯਾਰ ਤੁਸੀਂ ਮੈਨੇ ਮੇਰੇ ਵਰਗਾ ਡਰਾਈਵਰ ਦੇਖਿਆ ਹੀ ਨਹੀਂ ਗਾ ਸਿਰਫ ਅਤੇ ਸਿਰਫ ਇਹ ਸ਼ੋਅ ਕਰਨ ਲਈ ਕਿ ਮੈਂ ਕਿੱਡਾ ਵੱਡਾ ਕੈਪੇਬਲ ਹਾਂ ਕਿ ਡਰਿੰਕ ਕਰਕੇ ਵੀ ਮੈਂ ਡਰਾਈਵ ਕਰ ਸਕਦਾ ਹਾਂ ਆਹ ਚੇਂਜ ਕਦੋਂ ਆਊਗੀ ਆਹ ਚੇਂਜਸ ਦੇ ਲਈ ਤੁਸੀਂ ਇਹ ਸਾਨੂੰ ਸੋਚ ਬਦਲਣ ਦੀ ਲੋੜ ਹੈ ਇਹਦੀ ਸਾਰੀ ਜੜ ਜਿਹੜੀ ਨਾ ਸਾਡੇ ਦਿਮਾਗ 'ਚ ਜਿਹੜੀ ਹੈ ਲਾਅ ਤੋਂ ਉੱਪਰ ਹੋਣਾ ਜਿਹੜੀ ਸਾਡੀ ਗੁਲਾਮੀ ਸੀ ਨਾ ਹਿੰਦੁਸਤਾਨ ਦੀ ਜਿਹੜੀ ਉਹਨੇ ਆਜ਼ਾਦੀ ਤੋਂ ਬਾਅਦ ਐਸਾ ਸਾਡੇ ਤੇ ਬਾਅਦ ਤੱਕ ਅਸੀਂ ਤਾਂ ਕਿਸੇ ਨੂੰ ਮੰਨਦੇ ਨਹੀਂ ਠੀਕ ਹੈ ਸਾਡੀ ਸਰਕਾਰ ਹੈ ਭਾਵੇਂ ਅਕਾਲੀ ਦਲ ਹੈ ਭਾਵੇਂ ਕਾਂਗਰਸ ਸਾਡੀ ਸਰਕਾਰ ਹੈ ਅਸੀਂ ਤਾਂ ਜੋ ਮਰਜ਼ੀ ਕਰਾਵਾਂਗੇ ਸਾਡੇ ਤੇ ਰੋਕ ਕਿੱਦਾਂ ਪੈ ਜੂ ਜਦ ਇਹ ਆਊਗਾ ਨਾ ਉਹੀ ਬੱਚਾ ਜਦੋਂ ਅਮਰੀਕਾ ਜਾਂਦਾ ਉਦੋਂ ਬੜੇ ਆਰਾਮ ਨਾਲ ਆਪਣੀ ਗੱਡੀ ਨਹੀਂ ਚਲਾਉਂਦਾ ਉਹੀ ਜਦੋਂ ਜਲੰਧਰ ਦੇ ਕਿਸੇ ਪਿੰਡ 'ਚ ਹੁੰਦਾ ਜਾਂ ਬਠਿੰਡੇ ਦੇ ਕਿਸੇ ਪਿੰਡ 'ਚ ਹੁੰਦਾ ਉਹਦਾ ਕਹਿੰਦਾ ਲੈ ਬੜਕਾ ਮਾਰ ਕੇ ਗੱਡੀ ਚਲਾਉਂਦਾ ਗੱਡੀ ਚਲਾਉਂਦਾ ਉਹੀ ਪਤਾ ਜਦੋਂ ਟਰੱਕ ਚਲਾਉਣ ਲੱਗ ਪੈਂਦਾ ਅਮਰੀਕਾ ਜਾ ਕੇ ਉਦੋਂ ਬਿਲਕੁਲ ਨਹੀਂ ਸ਼ਰਾਬ ਪੀਂਦਾ ਉਦੋਂ ਬਿਲਕੁਲ ਸਹੀ ਚਲਾਉਂਦਾ
ਗੱਲ ਹੈ ਕਿ ਜਿਹੜੀ ਸਾਡੀ ਮਾਨਸਿਕਤਾ ਪੰਜਾਬ ਚ ਬਣੀ ਜਾ ਰਹੀ ਹੈ ਇਹਤੇ ਵੀ ਗੱਲ ਕਰਨ ਦੀ, ਗੈਂਗਸਟਰ ਬਣਨ ਦੀ, ਜਿਹੜੀ ਆਪਣੇ ਆਪ ਨੂੰ ਲਾਅ ਤੋਂ ਉੱਪਰ ਹੋਣ ਦੀ ਜਿਹੜੀ ਹੈ, ਉਹੀ ਮਾਨਸਿਕਤਾ ਸਾਨੂੰ ਸ਼ਰਾਬ ਪੀ ਕੇ ਗੱਡੀ ਚਲਵਾਉਂਦੀ ਹੈ, ਉਹੀ ਮਾਨਸਿਕਤਾ ਅਸੀਂ ਜਦੋਂ ਹੈਲਮੈਟ ਨਹੀਂ ਪਾਉਂਦੇ, ਜਦੋਂ ਉਹੀ ਮਾਨਸਿਕਤਾ ਜਿਹੜੀ ਹੈ ਕਿ ਜਦੋਂ ਲਾਇਸੈਂਸ ਤੋਂ ਬਗੈਰ ਆਪਾਂ ਨਿਆਣੇ ਨੂੰ ਗੱਡੀ ਫੜਾਉਂਦੇ, ਚੱਲ ਕੋਈ ਨੀ ਇੱਥੇ ਆਪਾਂ ਰਹਿੰਦੇ ਹਾਂ, ਆਪਾਂ ਐਮਐਲਏ ਨੂੰ ਫੋਨ ਕਰਾਂਗੇ, ਕੌਂਸਲ ਨੂੰ ਫੋਨ ਕਰਾਂਗੇ, ਡੀਐਸਪੀ ਸਾਡਾ ਵਾਕਬ ਉਹਨੂੰ ਕਹਿ ਦਾਂਗੇ ਚਲੋ ਜੀ ਛੱਡ ਦੇ, ਮਗਰ ਅਸੀਂ ਭੁੱਲ ਜਾਂਦੇ ਹਾਂ ਜਦੋਂ ਅਸੀਂ ਬੱਚਿਆਂ ਨੂੰ ਏਦਾਂ ਗੱਡੀਆਂ ਚਲਾਉਂਦੇ ਹਾਂ, ਜਦੋਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਾਂ ਤੇ ਇੱਕ ਬੰਦੇ ਨੇ ਸ਼ਰਾਬ ਪੀਤੀ ਦੀ ਚਾਰ ਮਾਰ ਲੈ ਕੇ ਮਰਦਾ, ਚਲੋ ਚਾਰ ਉਹਦਾ ਮਾਦਾ ਉਹਦਾ ਜ਼ਿੰਮੇਵਾਰ ਖੁਦ ਹੈ ਹੀ ਹੈ, ਜੋ ਮੇਰੇ ਕਦੇ ਕਿਸੇ ਹੋਰ ਬੰਦੇ ਚ ਗੱਡੀ ਮਾਰਦਾ ਜਿਹੜਾ ਬਿਲਕੁਲ ਸੂਫੀ ਹੁੰਦਾ ਉਹਦਾ ਵੀ ਕਸੂਰ ਹੈ, ਉਹਦਾ ਕੀ ਕਸੂਰ ਹੈ, ਉਹਦਾ ਕਸੂਰ ਕਸੂਰ ਤਾਂ ਜਿਹੜੇ ਨਾਲ ਬੈਠੇ ਹੁੰਦੇ ਉਹਨਾਂ ਦਾ ਵੀ ਨਹੀਂ ਹੁੰਦਾ ਵਿਚਾਰਿਆਂ ਦਾ ਕੁਛ, ਫਿਰ ਅੱਛਾ ਫਿਰ ਆਪਾਂ ਲੈ ਦੇ ਕੇ ਗੱਲ ਕਿੱਥੇ ਆ ਗਈ ਜੀ, ਗੱਲ ਤਾਂ ਫਿਰ ਸਮਾਜ ਤੇ ਆ ਗਈ, ਸਾਡੇ ਤੇ ਗੱਲ ਆਪਣੇ ਤੇ ਆ ਰਹੀ ਹੈ, ਸਮਾਜ ਕੋਣ ਹੈ ਆਪਾਂ, ਗੱਲ ਇਹ ਹੈ ਕਿ ਸ਼ਰਾਬ ਪੀ ਕੇ ਜਦੋਂ ਬੱਚਾ ਸਾਡਾ ਗੱਡੀ ਚਲਾਉਂਦਾ, ਜਦੋਂ ਆਪਣੇ ਘਰ ਆਉਂਦਾ, ਜਦੋਂ ਉਹਦਾ ਪਿਓ ਜਾਂ ਉਹਦੀ ਮਾਂ ਉਹਦੀ ਭੈਣ ਦਰਵਾਜ਼ਾ ਖੋਲਦੀ, ਜਨਾਨੀ ਦਰਵਾਜ਼ਾ ਖੋਲਦੀ ਆ, ਉਹ ਕਿਉਂ ਨੀ ਕਹਿੰਦੀ ਕਿ ਤੂੰ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ, ਤੈਨੂੰ ਗੱਡੀ ਨਹੀਂ ਦੇਣੀ, ਜਾਂ ਤੂੰ ਉਹਦੇ ਘਰ ਚ ਕਿਉਂ ਨੀ ਕਲੇਸ਼ ਪੈਂਦੇ ਇਸ ਚੀਜ਼ ਦੇ ਬਾਰੇ, ਉਹ ਕਲੇਸ਼ ਚੰਗਾ ਇੱਕ ਦਿਨ ਦਾ ਜਾਂ ਕਿ ਉਹ ਬੰਦਾ ਦੁਨੀਆਂ ਤੋਂ ਚੱਲ ਜਾਏ ਜਾਂ ਕਿਸੇ ਨੂੰ ਮਾਰ ਦੇ ਜਾਂ ਜੇਲ੍ਹ ਚ ਚਲ ਜਾਏ। ਰਮਨ ਭਾਜੀ ਤੁਸੀਂ ਗੱਲ ਇਹ ਕਿ ਸਾਡੀ ਜਿਹੜੀ ਸਾਡੀ ਸੋਚ ਹੈ ਅਬਵ ਲਾਅ ਹੋਣ ਦੀ ਜਿਹੜੀ ਹੈ, ਉਹੀ ਸੋਚ ਜਦੋਂ ਕੈਨੇਡਾ ਅਮਰੀਕਾ ਇੰਗਲੈਂਡ ਜਾਂਦੇ ਆ ਉਦੋਂ ਬਿਲਕੁਲ ਅਸੀਂ ਗੱਡੀ ਸ਼ਰਾਬ ਨਹੀਂ ਪੀਂਦੇ, ਉਦੋਂ ਸਾਨੂੰ ਪਤਾ ਕਿ ਪੁਲਿਸ ਨੇ ਸਾਡੀ ਗੱਲ ਨਹੀਂ ਮੰਨੀ, ਉਦੋਂ ਸਾਡੇ ਕਿਸੇ ਐਮਐਲਏ ਨੇ ਫੋਨ ਨਹੀਂ ਕਰਨਾ, ਉਦੋਂ ਕਿਸੇ ਕੌਂਸਲ ਮੈਂਬਰ ਨੇ ਤੁਹਾਡੀ ਗੱਲ ਨਹੀਂ ਸੁਣਨੀ, ਉਦੋਂ ਕਿਸੇ ਕਾਂਗਰਸਮੈਨ ਨੇ ਤੁਹਾਨੂੰ ਛੱਡਣਾ ਨਹੀਂ, ਬਾਕੀ ਲੋਕਾਂ ਨੇ ਤੁਹਾਨੂੰ ਗਾਲਾਂ ਕੱਢਣੀਆਂ, ਲੋਕਾਂ ਨੇ ਤੁਹਾਨੂੰ ਹੇਟ ਕਰਨੀ ਹੈ, ਤੂੰ ਸ਼ਰਾਬੀ ਗੱਡੀ ਕਿੱਦਾਂ ਚਲਾਉਣਾ ਪਿਆ, ਸਮਾਜ ਸੁਧਰਨ ਦੀ ਲੋੜ ਹੈ, ਸਮਾਜ ਤਦੀ ਸੁਧਰ ਸਕਦਾ, ਪਹਿਲਾਂ ਤਾਂ ਉਹਨੂੰ ਐਜੂਕੇਟ ਕਰੋ, ਐਜੂਕੇਟ ਕਰਨ ਤੋਂ ਬਾਅਦ ਪੁਲਿਸ ਨੂੰ ਫ੍ਰੀ ਹੈਂਡ ਦਿਓ, ਔਰ ਇਹਦੇ ਚ ਸਾਰਾ ਚੀਜ਼ ਜਿਹੜੀ ਹੈਗੀ ਆ ਕਰਪਸ਼ਨ, ਜਦੋਂ ਆਪਾਂ ਕਰਪਸ਼ਨ ਖਤਮ ਕਰਾਂਗੇ, ਜਦੋਂ ਪੁਲਿਸ ਨੂੰ ਇਸ ਮਾਹੌਲ ਚ ਅਗਰ ਪੁਲਿਸ ਨੂੰ ਫ੍ਰੀ ਹੈਂਡ ਦੇ ਦਾਂਗੇ ਤਾਂ ਪੁਲਿਸ ਸਾਨੂੰ ਜੀਣ ਨਹੀਂ ਦੇਗੀ, ਕਿਉਂਕਿ ਕਰਪਸ਼ਨ ਜਿਹੜਾ ਲੈਵਲ ਹੈ, ਗੱਲ ਹੈ ਕਿ ਪੁਲਿਸ ਕੌਣ ਫਿਰ ਆਉਂਦੀ ਹੈ, ਪੁਲਿਸ ਵੀ ਆਪਾਂ ਹੀ ਹੈ, ਆਪਾਂ ਹੀ ਆਉਂਦੇ ਹਾਂ, ਗੱਲ ਹੈ ਜੀ ਇਸ ਚੀਜ਼ ਦੀ ਸਾਰਾ ਜਿਹੜਾ ਸਮਾਜ ਨੂੰ ਸੁਧਰਨ ਦੀ ਲੋੜ, ਅੱਗੇ ਹੋ ਕੇ ਸਮਾਜ ਜਦੋਂ ਆਪਾਂ ਕਰਪਸ਼ਨ ਨੂੰ ਨਾ ਕਰਾਂਗੇ, ਜਦੋਂ ਪੁਲਿਸ ਕਿਉਂ ਪੋਲੀਟੀਸ਼ੀਅਨ ਦੀ ਗੱਲ ਸੁਣਦੀ ਹੈ, ਉਹਨੂੰ ਚੰਗਾ ਥਾਣਾ ਚਾਹੀਦਾ ਹੁੰਦਾ, ਜਦ ਪੁਲਿਸ ਨੂੰ ਆਪਣੀ ਤਨਖਾਹ ਨਾ ਮਤਲਬ 1-1.5 ਲੱਖ ਤਨਖਾਹ, ਉਹਨੂੰ ਜਿਹੜਾ ਮਰਜ਼ੀ ਥਾਣਾ ਮਿਲ ਜਾਏ, ਭਾਵੇਂ ਪੀਏਪੀ ਕਿਤੇ ਵੀ ਭੇਜਿਆ ਜਾਵੇ। ਰਮਨ ਭਾਜੀ ਤੁਸੀਂ ਬਹੁਤ ਸੋਹਣਾ ਇਲੈਬੋਰੇਟ ਕੀਤਾ, ਰਮਨ ਭਾਜੀ ਕੰਕਲੂਜਨ ਇਹ ਹੈ ਕਿ ਸਮਾਜ ਯਾਨੀ ਕਿ ਆਪਣੇ ਘਰ ਤੋਂ ਸ਼ੁਰੂ ਹੁੰਦਾ ਹਰ ਚੀਜ਼, ਹੋਰ ਬਹੁਤ ਚੀਜ਼ਾਂ ਸੀਗੀਆਂ, ਹਾਲਾਂਕਿ ਆਪਾਂ ਵਾਰਾ ਪੁੱਛਣਾ ਤੇ ਕਿਸੇ ਦਿਨ ਫਿਰ ਸੈਸ਼ਨ ਲਾਵਾਂਗੇ। ਤੁਸੀਂ ਗੱਲ ਗੈਂਗਸਟਰ ਦੀ ਕੀਤੀ, ਉਹ ਮਾਂ ਦੇ ਪੇਟ ਚੋਂ ਨਹੀਂ ਜਨਮ ਹੁੰਦਾ, ਉਹ ਜਿਹੜਾ ਮਾਹੌਲ ਹੈ ਮਾਨਸਿਕਤਾ ਤੋਂ ਹੁੰਦਾ ਆ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਰਮਨ ਭਾਜੀ ਤੁਸੀਂ ਅੱਜ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਧੰਨਵਾਦ ਜੀ, ਗੋਡ ਬਲੈਸ ਇੰਡੀਆ, ਗੋਡ ਬਲੈਸ ਅਮਰੀਕਾ, ਥੈਂਕ ਯੂ। ਗੋਡ ਬਲੈਸ ਆਲ। ਦਰਸ਼ਕ ਇਹ ਸਨ ਰਮਨ ਦੱਤ ਜੀ, ਜਿਹੜੇ ਕਿ ਚੇਅਰਮੈਨ ਇੰਡੋ ਅਮੈਰੀਕਨ ਫਰੈਂਡਸ਼ਿਪ ਗਰੁੱਪ ਦੇ, ਅਤੇ ਬਹੁਤ ਸੋਹਣਾ ਇਲੈਬੋਰੇਟ ਕੀਤਾ ਉਹਨਾਂ ਨੇ, ਹਰ ਚੀਜ਼ ਦੇ ਉੱਤੇ ਚੀਜ਼ਾਂ ਰਹਿ ਗਈਆਂ ਜਿਹੜੀਆਂ ਕਿ ਅਸੀਂ ਮਾਫ਼ੀ ਚਾਹੁੰਦੇ ਦਰਸ਼ਕਾਂ ਕੋਲੋਂ, ਕਾਲ ਵੀ ਨਹੀਂ, ਇੱਕ ਦੋ ਕਾਲਾਂ ਵੀ ਨਹੀਂ ਚੱਕੀਆਂ ਜਾ ਸਕੀਆਂ, ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਦੁਬਾਰਾ ਲੈ ਕੇ ਆਉਣ ਦੀ। ਆਪਣਾ ਪੂਰਾ ਖਿਆਲ ਰੱਖਣਾ ਦਰਸ਼ਕੋ, ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਸੀ, ਕੱਲ੍ਹ ਨੂੰ ਫਿਰ ਕਿਸੇ ਨਵੇਂ ਮੁੱਦੇ ਨਾਲ ਮਿਲਦੇ ਹਾਂ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।